ਆਵਾਜ਼ ਦੀ ਦੁਨੀਆ ਦੇ ਦੋਸਤੋ, ਹਾਜ਼ਰ ਹੈ ਤੁਹਾਡੀ ਦੋਸਤ ਸੀਮਾ ਗਰੇਵਾਲ ਇੱਕ ਅੱਜ ਨਵੀਂ ਗੱਲਬਾਤ ਲੈ ਕੇ, ਤੇ ਕਹਿੰਦੀ ਹੈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਹਾਂਜੀ, ਗੱਲਬਾਤ ਇਹ ਹੈ ਕਿ ਜਾਨ ਹੈ ਤਾਂ ਜਹਾਨ ਹੈ, ਤੇ ਜੇ ਜਾਨ ਸੌਖੀ ਹੈ ਤਾਂ ਜ਼ਿੰਦਗੀ ਸੌਖੀ ਹੈ, ਤੇ ਜ਼ਿੰਦਗੀ ਸੌਖੀ ਰੱਖਣ ਵਾਸਤੇ ਭਲੇ ਪੈਸਾ ਬਹੁਤ ਜ਼ਰੂਰੀ ਹੈ, ਪਰ ਸਿਹਤਮੰਦੀ ਤੋਂ ਵੱਡੀ ਦੌਲਤ ਤਾਂ ਕੋਈ ਵੀ ਨਹੀਂ ਨਾ। ਤੇ ਜੇ ਅਸੀਂ ਸਿਹਤਮੰਦ ਰਹਿਣਾ ਤੇ ਸਾਨੂੰ ਜ਼ਰੂਰ ਕੁਝ ਟਿਪਸ ਚਾਹੀਦੀਆਂ ਨੇ, ਕੁਝ ਐਸੀਆਂ ਗੱਲਾਂ ਚਾਹੀਦੀਆਂ ਨੇ ਜਿਹੜੀਆਂ ਕਿ ਸਾਨੂੰ ਰੋਸ਼ਨੀ ਦੇ ਸਕਣ ਸਿਹਤਮੰਦੀ ਦੀ ਤਰਫ ਜਾਣ ਦੇ ਲਈ। ਤੇ ਇਸ ਕੰਮ ਵਾਸਤੇ ਜੀ ਅੱਜ ਮੈਂ ਦਾਵਤ ਦਿੱਤੀ ਹੈ ਡਾਕਟਰ ਰਿਤੇਸ਼ ਚਾਵਲਾ ਜੀ ਨੂੰ, ਜੋ ਕਿ ਅੰਮ੍ਰਿਤਸਰ ਤੋਂ ਨੇ, MD ਇਨ ਆਯੁਰਵੇਦਾ ਨੇ। ਆਓ ਫਿਰ ਉਹਨਾਂ ਦਾ ਰਲ ਕੇ ਕਰਦੇ ਹਾਂ ਸਵਾਗਤ। ਡਾਕਟਰ ਰਿਤੇਸ਼, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਇਸ ਮੰਚ ਦੇ ਉੱਤੇ। ਸੀਮਾ ਜੀ ਸਤਿ ਸ਼੍ਰੀ ਅਕਾਲ, ਤੇ ਰੇਡੀਓ ਸੁਣਨ ਵਾਲੇ ਮੇਰੇ ਸਾਰੇ ਸ਼ਰੋਤਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੋਰ ਡਾਕਟਰ ਸਾਹਿਬ, ਕਿੱਦਾਂ ਚੱਲ ਰਹੀ ਹੈ ਜ਼ਿੰਦਗੀ ਤੇ ਕਿੱਦਾਂ ਚੱਲ ਰਹੀ ਹੈ ਚਿਕਿਤਸਾ? ਬਹੁਤ ਵਧੀਆ ਜੀ, ਸਭ ਚੀਜ਼ਾਂ ਬਹੁਤ ਵਧੀਆ ਚੱਲ ਰਹੀਆਂ ਨੇ। ਡਾਕਟਰ ਸਾਹਿਬ, ਕਿਉਂ ਨਾ ਥੋੜੀ ਜਿਹੀ ਅੱਜ ਇੰਟਰੋਡਕਸ਼ਨ ਤੁਹਾਡੀ ਕਰ ਲਈਏ, ਤਾਂ ਕਿ ਉਹ ਦੋਸਤ ਜਿਹੜੇ ਨਵੇਂ ਜੁੜਨਗੇ ਉਹਨਾਂ ਨੂੰ ਤੁਹਾਡੇ ਬਾਰੇ ਥੋੜਾ ਪਤਾ ਲੱਗ ਜਾਏ ਕਿ ਤੁਸੀਂ ਕੀ ਪੜ੍ਹਾਈ ਲਿਖਾਈ ਕੀਤੀ ਹੈ ਤੇ ਅੱਜ ਕੱਲ ਕੀ ਕਰ ਰਹੇ ਹੋ, ਕਿੱਥੇ ਕਰ ਰਹੇ ਹੋ। ਹਾਂਜੀ ਜ਼ਰੂਰ, ਮੈਂ ਡਾਕਟਰ ਰਿਤੇਸ਼ ਚਾਵਲਾ, ਮੈਂ ਆਪਣੀ ਮਾਸਟਰਸ ਕੀਤੀ ਹੈ ਆਯੁਰਵੈਦਿਕ ਮੈਡੀਸਨ ਦੇ ਵਿੱਚ, MD ਇਨ ਆਯੁਰਵੈਦਿਕ ਮੈਡੀਸਨ ਮੁੰਬਈ ਤੋਂ ਜੀ। ਮੈਂ ਇਸ ਟਾਈਮ ਜਿਹੜਾ ਅੰਮ੍ਰਿਤਸਰ ਦੇ ਵਿੱਚ ਦਿਵਿਆ ਆਯੁਰਵੈਦਾ ਐਂਡ ਪੰਚਕਰਮਾ ਸੈਂਟਰ ਦੇ ਨਾਮ ਤੋਂ ਕਲੀਨਿਕ ਰਨ ਕਰ ਰਿਹਾ, ਜਿੱਥੇ ਆਪਾਂ ਹਰ ਤਰ੍ਹਾਂ ਦੀ ਪ੍ਰੋਬਲਮ ਦਾ ਇਲਾਜ ਆਯੁਰਵੇਦ ਅਤੇ ਪੰਚਕਰਮ ਦੇ ਨਾਲ ਕਰਦੇ ਹਾਂ। ਪੁਰਾਣੇ ਤੋਂ ਪੁਰਾਣੇ ਜੋੜਾਂ ਦੇ ਦਰਦ ਹੋਣ ਜਾਂ ਪੇਟ ਦੀ ਸਮੱਸਿਆ ਹੋਏ, ਸਿਰ ਦਰਦ ਹੋਵੇ, ਵਾਲਾਂ ਦਾ ਝੜਨਾ, ਇਹ ਸਾਰੀਆਂ ਪ੍ਰੋਬਲਮ ਦਾ ਇਲਾਜ ਆਪਾਂ ਉੱਥੇ ਆਯੁਰਵੇਦ ਅਤੇ ਪੰਚਕਰਮ ਨਾਲ ਕਰਦੇ ਹਾਂ। ਮਤਲਬ ਉਹ ਚੀਜ਼ਾਂ ਜਿਹੜੀਆਂ ਅਸੀਂ ਕਹਿ ਸਕਦੇ ਹਾਂ ਕਿ ਨਹੀਂ ਉਹਨਾਂ ਦਾ ਕੋਈ ਟ੍ਰੀਟਮੈਂਟ ਹੈ ਐਲੋਪੈਥਿਕ ਦੇ ਅਕੋਰਡਿੰਗਲੀ, ਅਸੀਂ ਕਹਿੰਦੇ ਜਿਵੇਂ ਜੁਆਇੰਟ ਪੇਨਸ ਹੈ, ਠੀਕ ਹੈ, ਪੇਨ ਕਿਲਰ ਦੇ ਜਾਓ, ਚੱਲੀ ਜਾ ਰਹੀ ਹੈ, ਜਾਂ ਕੁਝ ਇਸ ਤਰ੍ਹਾਂ ਦੀਆਂ ਪ੍ਰੋਬਲਮਸ, ਮਤਲਬ ਤੁਸੀਂ ਉਹਨਾਂ ਦੇ ਉੱਪਰ ਮਾਸਟਰੀ ਹਾਸਲ ਕੀਤੀ ਔਰ ਕਰ ਰਹੇ ਹੋ ਉਹਨਾਂ ਨੂੰ ਠੀਕ। ਹਾਂਜੀ ਹਾਂਜੀ ਬਿਲਕੁਲ, ਜਿਹੜੀਆਂ ਚੀਜ਼ਾਂ ਜਿੱਦਾਂ ਲੱਗਦਾ ਹੈ ਕਿ ਜਿਹਦਾ ਸਲਿਪ ਡਿਸਕ ਹੈ ਉਹਦਾ ਇਲਾਜ ਡਾਕਟਰਸ ਕਹਿੰਦੇ ਨੇ ਆਪਰੇਸ਼ਨ ਹੀ ਹੈ, ਆਪਰੇਸ਼ਨ ਵੀ ਸਕਸੈਸਫੁਲ ਹੋਣ ਇਹ ਵੀ ਕੋਈ ਸ਼ਿਓਰਿਟੀ ਨਹੀਂ ਹੈ। ਡਾਕਟਰਸ ਦੱਸ ਦਿੰਦੇ ਨੇ ਕਿ ਵੀ ਆਪਰੇਸ਼ਨ ਕਰਾਉਣਾ ਜ਼ਰੂਰੀ ਹੈ ਪਰ ਸਕਸੈਸਫੁਲ ਹੋਏ ਇਹਦੀ ਕੋਈ ਸ਼ਿਓਰਿਟੀ ਨਹੀਂ ਹੈ। ਉਸ ਕੰਡੀਸ਼ਨ ਦੇ ਵਿੱਚ ਵੀ ਆਪਾਂ ਪੇਸ਼ੈਂਟ ਨੂੰ ਇੰਪਰੂਵਮੈਂਟ ਦਿੰਦੇ ਹਾਂ, ਪੇਸ਼ੈਂਟ ਦੀ ਇੰਪਰੂਵਮੈਂਟ ਬਹੁਤ ਵਧੀਆ ਆਉਂਦੀ ਹੈ। ਸਰਵਾਈਕਲ ਦੇ ਪੇਨ ਨੇ ਕਈ ਕਈ 10-10 ਸਾਲ ਪੁਰਾਣੇ ਪੇਸ਼ੈਂਟ ਵੀ ਆਉਂਦੇ ਨੇ ਜਿਨ੍ਹਾਂ ਦੀ ਪੇਨ ਨਹੀਂ ਹਟਦਾ, ਉਹ ਪੇਨ ਠੀਕ ਹੋ ਜਾਂਦੇ ਨੇ। ਵਾਲਾਂ ਦਾ ਝੜਨਾ ਹੈਗਾ, ਜਿੱਦਾਂ ਡਾਕਟਰ ਟ੍ਰੀਟਮੈਂਟ ਕਰਦੇ ਨੇ, ਮੈਡੀਸਿਨ ਦਿੰਦੇ ਨੇ, ਵਾਲ ਝੜਨਾ ਰੁਕ ਜਾਂਦਾ ਹੈ, ਮੈਡੀਸਿਨ ਬੰਦ ਹੋ ਜਾਂਦੀ, ਵਾਲ ਝੜਨਾ ਫਿਰ ਸ਼ੁਰੂ ਹੋ ਜਾਂਦਾ। ਜੋ ਆਪਾਂ ਪੰਚਕਰਮ ਜਾਂ ਆਯੁਰਵੇਦ ਦੀ ਮੈਡੀਸਿਨ ਦਿੰਦੇ ਨੇ, ਇੱਕ ਵਾਰ ਵਾਲ ਝੜਨੇ ਜਿਹੜੇ ਹਟਦੇ ਨੇ ਉਹ ਸਟੇਬਲ ਰਹਿੰਦੇ ਨੇ, ਵਾਪਸ ਨਹੀਂ ਸ਼ੁਰੂ ਹੁੰਦੇ ਜੀ। ਬਹੁਤ ਵਧੀਆ, ਤੇ ਡਾਕਟਰ ਸਾਹਿਬ ਮੈਂ ਜ਼ਰੂਰ ਚਾਹਾਂਗੀ ਕਿ ਇਹਨਾਂ ਗੱਲਾਂ ਬਾਰੇ ਵੀ ਆਪਾਂ ਡਿਟੇਲ ਦੇ ਵਿੱਚ ਡਿਸਕਸ਼ਨ ਕਰੀਏ ਆਉਣ ਵਾਲੇ ਟਾਈਮ ਦੇ ਵਿੱਚ। ਤੇ ਜਿਵੇਂ ਕਿ ਤੁਹਾਨੂੰ ਤੇ ਮੈਨੂੰ ਤੇ ਪਤਾ ਕਿ ਅੱਜ ਕਿਸ ਟੌਪਿਕ ਦੇ ਉੱਪਰ ਆਪਾਂ ਡਿਸਕਸ਼ਨ ਕਰਨ ਜਾ ਰਹੇ ਹਾਂ, ਤੇ ਕਿਉਂ ਨਾ ਤੁਸੀਂ ਖੁਦ ਦੱਸੋ ਸਾਡੇ ਲਿਸਨਰਸ ਨੂੰ ਕਿ ਅੱਜ ਆਪਾਂ ਕੀ ਗੱਲਬਾਤ ਲੈ ਕੇ ਹਾਜ਼ਰ ਹੋਏ ਹਾਂ। ਅੱਜ ਮੈਂ ਸੋਚ ਰਿਹਾ ਕਿ ਆਹਾਰ, ਆਪਣਾ ਖਾਣਾ ਪੀਣਾ ਕਿੱਦਾਂ ਦਾ ਹੈ, ਕਿੱਦਾਂ ਖਾਣਾ ਚਾਹੀਦਾ, ਉਹਦੇ ਬਾਰੇ ਗੱਲ ਕਰੀ, ਕਿਉਂਕਿ ਬਹੁਤ ਸਾਰੀ ਪ੍ਰੋਬਲਮਸ ਜੋ ਮੈਨੂੰ ਨਜ਼ਰ ਆ ਰਹੀਆਂ ਨੇ ਉਹ ਸਾਡੇ ਖਰਾਬ ਖਾਣੇ ਦੇ ਕਰਕੇ ਹੀ ਨਜ਼ਰ ਆ ਰਹੀਆਂ ਨੇ। ਅੱਜ ਕੱਲ ਆਪਾਂ ਜੋ ਖਾਣਾ ਖਾ ਰਹੇ ਹਾਂ ਉਹਦੀ ਪ੍ਰੋਪਰ ਕਿੱਦਾਂ ਖਾਣਾ ਚਾਹੀਦਾ ਹੈਗਾ, ਕਿਹੜੇ ਸਮੇਂ ਤੇ ਖਾਣਾ ਚਾਹੀਦਾ ਹੈ, ਕਿਸ ਪ੍ਰਪੋਰਸ਼ਨ ਦੇ ਵਿੱਚ ਲੈਣਾ ਚਾਹੀਦਾ, ਉਹ ਸਭ ਚੀਜ਼ਾਂ ਥੋੜੀਆਂ ਗਲਤ ਮੈਂ ਦੇਖ ਰਿਹਾ ਕਿ ਪੇਸ਼ੈਂਟ ਦੇ ਵਿੱਚ ਹੋ ਰਹੀਆਂ ਨੇ। ਮੈਂ ਕਈ ਪੇਸ਼ੈਂਟ ਨੂੰ ਸਮਝਾਉਂਦਾ ਵੀ ਆਪਣੀ ਕਲੀਨਿਕ ਦੇ ਵਿੱਚ, ਮੈਨੂੰ ਲੱਗਦਾ ਕਿ ਅੱਜ ਉਸੇ ਉੱਤੇ ਗੱਲ ਕਰ ਲਈਏ ਕਿ ਕਿੱਦਾਂ ਆਪਾਂ ਨੂੰ ਖਾਣਾ ਲੈਣਾ ਚਾਹੀਦਾ। ਮਤਲਬ ਕਿ ਆਪਾਂ ਬੇਸਿਕਸ ਤੋਂ ਸ਼ੁਰੂ ਕਰਨ ਜਾ ਰਹੇ ਹਾਂ ਆਯੁਰਵੇਦ ਦੇ ਜਿਹੜੇ ਕਨਸੈਪਟਸ ਹੈਗੇ ਆ। ਹਾਂਜੀ ਹਾਂਜੀ, ਬੇਸਿਕ ਪ੍ਰਿੰਸੀਪਲ। ਜਿਵੇਂ ਆਪਾਂ ਕਹਿੰਦੇ ਕਿ ਮਾਡਰਨ ਮੈਡੀਸਿਨਸ ਦੇ ਵਿੱਚ ਮਾਡਰਨ ਜਿਹੜੀ ਪੈਥੀ ਹੈ ਉਹਦੇ ਅਕੋਰਡਿੰਗਲੀ ਸਾਨੂੰ ਕਹਿ ਦਿੱਤਾ ਜਾਂਦਾ ਕਿ ਠੀਕ ਹੈ ਆ ਮੈਡੀਸਿਨ ਖਾ ਲਓ, ਇਹ ਖਾ ਲਓ। ਤੇ ਜਿਵੇਂ ਸਾਡੇ ਪੁਰਾਣੇ ਬਜ਼ੁਰਗ ਕਰਦੇ ਸੀ, ਜਾਂ ਫਿਰ ਅਸੀਂ ਆਯੁਰਵੇਦ ਦੇ ਫੀਲਡ ਵਿੱਚ ਗੱਲ ਕਰੀਏ ਤੇ ਅਸੀਂ ਸਪੈਸ਼ਲ ਜ਼ੋਰ ਦਿੰਦੇ ਹਾਂ ਕਿ ਇਸ ਬਿਮਾਰੀ ਦੇ ਵਿੱਚ ਠੰਡਾ ਨਹੀਂ ਖਾਣਾ, ਇਹਦੇ ਵਿੱਚ ਗਰਮ ਨਹੀਂ ਖਾਣਾ, ਇਹਦੇ ਵਿੱਚ ਖੱਟਾ ਨਹੀਂ ਖਾਣਾ, ਇਹ ਪਰਹੇਜ਼ ਰੱਖਣਾ, ਤੇ ਉਹ ਲੋਕ ਇਹ ਚੀਜ਼ਾਂ ਨੂੰ ਕੰਸਿਡਰ ਨਹੀਂ ਕਰਦੇ। ਤੇ ਇਹਨਾਂ ਦੀ ਮਤਲਬ ਕੀ ਵੈਲਿਊ ਹੈ ਸਾਡੀ ਲਾਈਫ ਦੇ ਵਿੱਚ, ਸਾਡੀ ਹੈਲਥ ਦੇ ਵਿੱਚ? ਤੇ ਜੇ ਮੈਂ ਪਹਿਲਾਂ ਹੀ ਪੁੱਛਾਂ ਕਿ ਆਯੁਰਵੇਦ ਦੇ ਵਿੱਚ ਆਹਾਰ ਦਾ ਰੋਲ ਕੀ ਹੈ, ਮਤਲਬ ਬੇਸਿਕ ਜਦੋਂ ਅਸੀਂ ਗੱਲ ਕਰਦੇ ਹਾਂ, ਬੇਸਿਕ ਥੰਮ ਹੁੰਦੇ ਆ ਕਿਸੇ ਵੀ ਚੀਜ਼ ਦੇ, ਤੇ ਉਹਨਾਂ ਦੇ ਵਿੱਚ ਆਹਾਰ ਕਿੱਥੇ ਸਟੈਂਡ ਕਰਦਾ ਜਿਹੜਾ ਅਸੀਂ ਖਾਂਦੇ ਪੀਂਦੇ ਹਾਂ? ਆਹਾਰ, ਨਿਦਰਾ, ਬ੍ਰਹਮਚਰਿਆ, ਇਹ ਤਿੰਨ ਜਿਹੜੇ ਨੇ ਸਤੰਭ ਨੇ ਆਯੁਰਵੇਦ ਦੇ, ਜਿਹਨਾਂ ਦੇ ਉੱਤੇ ਚਿਕਿਤਸਾ ਜਿਹੜੀ ਹੈ ਟਿੱਕੀ ਹੈ, ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਚਿਕਿਤਸਾ ਇਸ ਤੋਂ ਬਿਨਾਂ ਜਿਹੜੀ ਹੈ ਅਧੂਰੀ ਹੈ। ਜੇ ਆਹਾਰ ਚੰਗਾ ਨਹੀਂ ਹੋਊਗਾ ਤਾਂ ਵੀ ਪ੍ਰੋਬਲਮ ਹੈ, ਕਿਉਂਕਿ ਆਪਾਂ ਦੇਖਾਂਗੇ ਕਿ ਸਾਨੂੰ ਜਦੋਂ ਭੁੱਖ ਲੱਗੀ ਹੈ ਤਾਂ ਨਹੀਂ ਖਾਧਾ, ਉਸ ਤੋਂ ਥੋੜੀ ਦੇਰ ਬਾਅਦ ਖਾ ਲਿਆ, ਜਾਂ ਭੁੱਖ ਨਾਲੋਂ ਵੱਧ ਖਾ ਲਿਆ, ਜਾਂ ਬਾਰ ਬਾਰ ਖਾਂਦੇ ਰਹੇ ਤਾਂ ਵੀ ਪ੍ਰੋਬਲਮ ਹੋ ਸਕਦੀ ਹੈ। ਜੇ ਤੁਹਾਡੀ ਨੀਂਦ ਪੂਰੀ ਨਹੀਂ ਹੋਏਗੀ ਤੇ ਸਰੀਰ ਦੇ ਵਿੱਚ ਜਿਹੜੀ ਟੁੱਟ ਭੱਜ ਹੋ ਰਹੀ ਹੈ ਉਹਦੀ ਰੀਜਨਰੇਸ਼ਨ ਨਹੀਂ ਹੋਏਗੀ, ਉਹ ਚੀਜ਼ ਨੂੰ ਆਪਾਂ ਕਹਿੰਦੇ ਹਾਂ ਕਿ ਰਿਪਲੈਨਿਸ਼ ਹੋ ਜਾਂਦੀਆਂ ਚੀਜ਼ਾਂ, ਉਹ ਰਿਪਲੈਨਿਸ਼ਪਨ ਨਹੀਂ ਹੋਏਗਾ। ਜੀ, ਬ੍ਰਹਮਚਰਿਆ,
25 साल की उम्र तक जो आयुर्वेद ने दसिया कि ब्रह्मचर्य का पालन करना चाहिए, जो चीजा दसिया ने ओके मुताबिक होनी चाहिए। उस तो बाद जो ग्रस्त जीवन जाते हो तो ग्रस्त जीवन की चीजा फॉलो करनी चाहिए, जो वो चीजा का भी फॉलो चंगी तरह नहीं होगा तो भी जी प्रॉब्लम आ सकती है। मतलब हर चीज की अति भी खराब है और जिन्नी जरूरत है उस तो घट या गलत तरीके करते हैं वह भी सही नहीं है। हाँ जी हाँ बिल्कुल। और एक होर गल आती है जी आहार विहार औषध, ओके बारे भी थोड़ा दसोगे? हाँ जी आहार मैं दस चुका, विहार मतलब हम डेली रूटीन किदा की होनी चाहिए, साडे आले दुआले की जी सराउंडिंग ने किदा की होनी चाहिए। जिदा आप कह सकते हैं कि गर्मियों के जरा आपू आले दुआले ठंडिया चीजा रखनी चाहिए ने, जिदा कूलर्स हो गए या ठंडा पानी जरा खड़े का पानी ठंडा करके वह पीना चाहिए। जे कोई ज्वाइंट पेन का पेशेंट हैगा वो एक्सेसिव वर्क करेगा उसकी पेन वध जानी है, इदा का कम नहीं करना चाहिए उन्होंने जिद न पेन वध जान, कोई भी एक्टिविटीज जी उसको प्रॉब्लम क्रिएट कर रही है वो चीज नहीं होनी चाहिए। विहार के आ जाता जी मतलब जो रूटीन ऑफ लाइफ है ना डे टू डे लाइफ का रूटीन है। हाँ जी डेली रूटीन आ जाती जी औषध हैगी है वो ते अपना एक काम करती है वो सिलेक्ट होनी चाहिए है एक पेशेंट की प्रकृति ओदी देश मतलब देश समझ लो कि ओदी जेड़ी बॉडी टाइप हैगी है जेड़े आप एनालाइज कर दे अकॉर्डिंग टू वाट पिट कफ ओदी बॉडी टाइप केहो जी हैगी है ओदे अकॉर्डिंग जे उस पेशेंट नु मेडिसिन दित्ती जावे ता ओदे इंप्रूव होण दे चांसेस बहुत ज्यादा बढ़ जांदे ने ते ओ जल्दी इंप्रूव हुंदा है। जे आपां सोचिए कि एक वात प्रकृति का पेशेंट है उस नु आपां मेडिसिन वात प्रकृति दी कंसीडरेशन ना करदे होए आपां किसी दूसरी चीज दी पिट या कफ दे अकॉर्डिंग मेडिसिन दे दित्ती है या कुछ होर तरीके दे नाल सोच के मेडिसिन दे दित्ती है ता इंप्रूवमेंट जल्दी नहीं हुई। मतलब एलोपैथी दे विच ते पेन कोई ते कोई विंटर दे दो ते काम चल जांदा, पर आयुर्वेद दे विच जेड़ा ए चीज नहीं मानदे ओ सारी बॉडी टाइप एनालाइज करन तो बाद ही कहंदे ने कि पेशेंट नू मेडिसिन देनी चाहीदी है। मतलब इंडिविजुअल टू इंडिविजुअल वेरी करदी है जेड़ी सारी ट्रीटमेंट। हां जी हां जी। और एदे विच भी जेड़ियां गल्लां आपां कीतीआं कि एदे विच आहार दा किन्ना रोल है, उस तो बाद उस चीज दा रोल आउंदा रूटीन दा, मतलब असीं की खांदे आ ए मैटर करदा, और उहनूं किस तरह और कदों और किस तरीके खांदे आ और किस तरह साडा रहन सहन आ ओह सारा बहुत मैटर करदा। बिल्कुल, क्योंकि देखो जे तुहानू सर्दी खांसी हो गई है ते आपां तुहानू कहीए कि लो तुसीं ठंडा पानी पी लो, तुहाडे हाथ आपे रुक जाणगे ठंडे दी थां, तुसीं कहोगे नहीं मैनूं गर्म पानी चाहिए है, क्योंकि साडी बॉडी अंदरों आवाज दे रही है कि नहीं बई ठंडा नहीं पीना आपां गर्म ही लवांगे। बट जेकर तुसीं उस आवाज नूं दबा के तुसीं ठंडा पानी पीते हो तुहाडे गले दे विच होर प्रॉब्लम वध जाएगी, जुकाम वध जाएगा, सर्दी खांसी वध जाएगी। ਏਦਾਂ ਹੀ ਬੁਖਾਰ ਦੇ ਵਿੱਚ ਤੁਸੀਂ ਨੋਟਿਸ ਕਰਦੇ ਹੋ ਕਿ ਭੁੱਖ ਆਪਣੇ ਆਪ ਬੰਦ ਹੋ ਜਾਂਦੀ ਹੈ। ਆਯੁਰਵੇਦ ਇਹ ਕਹਿੰਦਾ ਹੈ ਕਿ ਜਦੋਂ ਤੁਹਾਨੂੰ ਬੁਖਾਰ ਹੋਵੇ ਉਸ ਸਮੇਂ ਜੇ ਤੁਸੀਂ ਲੰਘਣ ਚਿਕਿਤਸਾ ਕਰੋ, ਲੰਘਣ ਦਾ ਮਤਲਬ ਇਹ ਹੈ ਕਿ ਉਪਵਾਸ ਰੱਖੋ। ਉਪਵਾਸ ਦਾ ਮਤਲਬ ਇਹ ਨਹੀਂ ਕਿ ਇੱਥੇ ਬਿਲਕੁਲ ਹੀ ਖਾਣਾ ਹੀ ਕੁਛ ਨਹੀਂ ਹੈ, ਕੋਈ ਹਲਕਾ ਮੂੰਗੀ ਦਾਲ ਦਾ ਸੂਪ ਲੈ ਲਓ, ਪੀਣੇ ਦੇ ਵਿੱਚ ਗਰਮ ਪਾਣੀ ਆ ਜਿਹੜੀਆਂ ਸਾਡੀ ਜਦੋਂ ਪਾਚਨ ਸ਼ਕਤੀ ਡਾਊਨ ਹੋ ਜਾਂਦੀ ਹੈ ਭੁੱਖ ਨਹੀਂ ਲੱਗਦੀ ਉਹ ਆਰਾਮ ਨਾਲ ਪਚ ਜਾਣ ਔਰ ਸਾਡੇ ਸਰੀਰ ਨੂੰ ਕਮਜ਼ੋਰੀ ਵੀ ਨਾ ਹੋਵੇ ਨਾ ਖਾਣ ਕਰਕੇ। ਹਾਂਜੀ ਹਾਂਜੀ, ਉਸ ਕੰਡੀਸ਼ਨ ਦੇ ਵਿੱਚ ਫੀਵਰ ਆਪਣੇ ਆਪ ਜਿਹੜਾ ਇੱਕ ਦੋ ਦਿਨ ਦੇ ਵਿੱਚ ਠੀਕ ਹੋ ਜਾਂਦਾ। ਬਟ ਇੱਥੇ ਆਪਾਂ ਕਹੀਏ ਕਿਸੇ ਨੂੰ ਸਮਝਾਈਏ ਤੇ ਕਹਿੰਦੇ ਡਾਕਟਰ ਸਾਹਿਬ ਫਿਰ ਤਾਕਤ ਕਿੱਥੋਂ ਆਏਗੀ, ਭੁੱਖ ਨਹੀਂ ਵੀ ਲੱਗੀ ਤਾਂ ਵੀ ਆਪਾਂ ਤਾਂ ਟਾਈਮ ਹੁੰਦਾ ਤੇ ਖਾ ਲੈਂਦੇ ਹਾਂ, ਉਹ ਗੋਲੀ ਖਾ ਲਾਂਗੇ ਕੋਈ ਗੱਲ ਨਹੀਂ, ਉਹ ਪ੍ਰੋਬਲਮ ਕਰਦਾ। ਯਾਨੀ ਕਿ ਗੱਲ ਆਪਣੀ ਤੁਰ ਪਈ ਹੈ ਕਿ ਆਹਾਰ ਦੇ ਸਿਧਾਂਤ ਕੀ ਹੈ, ਤੇ ਹੁਣ ਆਪਾਂ ਆ ਜਾਈਏ ਟੋਪਿਕ ਵੱਲ। ਇਹ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਲੌਂਗ ਰਨ ਦੇ ਵਿੱਚ ਜ਼ਰੂਰ ਡਿਸਕਸ ਕਰਨਾ ਚਾਹਾਂਗੇ ਤੇ ਸ਼ੇਅਰ ਵੀ ਕਰਨਾ ਚਾਹਾਂਗੇ ਆਪਣੇ ਸਰੋਤਿਆਂ ਦੇ ਨਾਲ। ਤੇ ਅੱਜ ਜੇ ਗੱਲ ਕਰੀਏ ਕਿ ਆਹਾਰ ਦੇ ਸਿਧਾਂਤ ਕੀ ਹੈ, ਕੀ ਕਹੋਗੇ ਪਹਿਲਾਂ ਸਭ ਤੋਂ? ਦੇਖੋ ਆਹਾਰ ਦੇ ਬਾਰੇ ਜੋ ਦੱਸਿਆ ਗਿਆ ਕਿ ਪ੍ਰਕਿਰਤੀ ਦੇ ਅਕੋਰਡਿੰਗ ਆਹਾਰ ਕਿੱਦਾਂ ਦਾ ਹੋਣਾ ਚਾਹੀਦਾ ਤੇ ਉਹ ਸਾਨੂੰ ਕਿੱਦਾਂ ਲੈਣਾ ਚਾਹੀਦਾ, ਇਹਦਾ ਮਤਲਬ ਇਹ ਹੈ ਕਿ ਜਿੱਦਾਂ ਕਹਿੰਦੇ ਨਾ ਕਿ ਇਹ ਚੀਜ਼ ਭਾਰੀ ਹੈ ਜੀ ਖਾਣ ਦੇ ਵਿੱਚ, ਇਹ ਚੀਜ਼ ਬੜੀ ਹਲਕੀ ਹੈ ਪਚਣ ਦੇ ਵਿੱਚ। ਆਪਾਂ ਕਹਿ ਸਕਦੇ ਹਾਂ ਮਾਂਹ ਦੀ ਦਾਲ ਹੈ ਇਹ ਖਾਣ ਦੇ ਵਿੱਚ ਬਹੁਤ ਭਾਰੀ ਹੁੰਦੀ ਹੈ, ਥੋੜਾ ਟਾਈਮ ਜ਼ਿਆਦਾ ਲੈਂਦੀ ਹੈ ਪਚਣ ਦੇ ਵਿੱਚ। ਇੱਕ ਜਿਵੇਂ ਮੂੰਗ ਦੀ ਦਾਲ ਹੈ ਜਾਂ ਫਿਰ ਕੀਆ ਤੋਰੀ ਹੈ, ਇੱਦਾਂ ਦੀ ਸਬਜ਼ੀਆਂ ਜਿਹੜੀਆਂ ਇਹ ਹਲਕੀਆਂ ਹੁੰਦੀਆਂ ਨੇ, ਇਹ ਛੇਤੀ ਪਚ ਜਾਂਦੀਆਂ ਨੇ। ਇਹ ਸਾਡੇ ਡਾਈਜੈਸ਼ਨ ਦੇ ਅਕੋਰਡਿੰਗ ਪੇਸ਼ੈਂਟ ਨੂੰ ਸਿਲੈਕਟ ਕਰਨਾ ਹੁੰਦਾ ਹੈ ਕਿ ਉਹਦੀ ਬੋਡੀ ਟਾਈਪ ਕਿੱਦਾਂ ਦੀ ਹੈ, ਉਹਦੀ ਡਾਈਜੈਸ਼ਨ ਕਿੱਦਾਂ ਦੀ ਹੈ। ਜੀ ਡਾਕਟਰ ਸਾਹਿਬ, ਤੁਹਾਨੂੰ ਟੋਕ ਕੇ ਦੱਸਣਾ ਚਾਹਾਂਗੀ ਕਿ ਪ੍ਰਕਿਰਤੀ ਦੀ ਅਸੀਂ ਗੱਲ ਕਰ ਰਹੇ ਹਾਂ ਤੇ ਉਹਦਾ ਮਤਲਬ ਇਹੀ ਹੈ ਕਿ ਸਾਡਾ ਬੋਡੀ ਬਿਲਡ ਟਾਈਪ ਕੀ ਹੈ, ਉਹਦੇ ਬੇਸਿਕਸ ਕੀ ਹੈ, ਜਿਵੇਂ ਅਸੀਂ ਵਾਤ ਪਿੱਤ ਕਫ ਬਾਰੇ ਵੀ ਆਉਣ ਵਾਲੇ ਟਾਈਮ 'ਚ ਗੱਲ ਕਰਾਂਗੇ ਕਿ ਸਾਡੀ ਬੋਡੀ ਕਿਸ ਟਾਈਪ ਦੀ ਬਣੀ ਹੋਈ ਹੈ, ਉਹਦੀ ਰਿਕੁਆਇਰਮੈਂਟ ਕੀ ਹੈ, ਉਹਨੂੰ ਸਾਰੀ ਚੀਜ਼ ਨੂੰ ਐਨਾਲਾਈਜ਼ ਕਰਕੇ ਫਿਰ ਅਸੀਂ ਡਿਸਾਈਡ ਕਰਦੇ ਹਾਂ ਕਿ ਸਾਨੂੰ ਕੀ ਖਾਣਾ ਚਾਹੀਦਾ ਤੇ ਕਦੋਂ ਖਾਣਾ ਚਾਹੀਦਾ। ਤੇ ਇਹ ਚੀਜ਼ਾਂ ਨੇ ਜੋ ਸਾਨੂੰ ਐਡਵਾਈਸ ਕਰਦੇ ਨੇ ਕਿ ਤੁਹਾਡੀ ਬੋਡੀ ਟਾਈਪ ਦੇ ਅਕੋਰਡਿੰਗ ਸਾਨੂੰ ਜਿਹੜਾ ਖਾਣਾ ਹੈ ਉਹ ਗੁਰੂ ਖਾਣਾ ਖਾਣਾ ਚਾਹੀਦਾ, ਲਘੂ ਖਾਣਾ ਖਾਣਾ ਚਾਹੀਦਾ। ਜ਼ਰੂਰੀ ਨਹੀਂ ਕਿ ਸਾਰੇ ਇੱਕੋ ਹੀ ਚੀਜ਼ ਖਾਣ, ਉਹ ਵੇਰੀ ਵੀ ਕਰ ਜਾਂਦੀ ਹੈ। ਜੇ ਤੁਸੀਂ ਹੁਣ ਪਹਾੜਾਂ ਤੇ ਚਲ ਜਾਓਗੇ ਉੱਥੋਂ ਤੁਸੀਂ ਹਲਕਾ ਖਾਣਾ ਖਾਓਗੇ ਤਾਂ ਫਿਰ ਗੱਲ ਨਹੀਂ ਬਣੂਗੀ ਉੱਥੇ, ਉੱਥੇ ਤੁਹਾਨੂੰ ਜ਼ਿਆਦਾ ਸੋਲਿਡ ਚਾਹੀਦਾ ਕਿਉਂਕਿ ਉੱਥੇ ਐਨਰਜੀ ਲੈਵਲ ਜ਼ਿਆਦਾ ਚਾਹੀਦਾ ਹੁੰਦਾ ਕੰਮ ਕਰਨ ਦਾ। ਇਸ ਕਰਕੇ ਉੱਥੇ ਪਚਣ ਦੀ ਸ਼ਕਤੀ ਜਿਹੜੀ ਹੈ ਵੱਧ ਜਾਂਦੀ ਹੈ, ਉੱਥੇ ਪੇਸ਼ੈਂਟ ਜਿਹੜਾ ਲਘੂ ਅੰਨ ਖਾਂਦਾ, ਉੱਥੇ ਜਾ ਕੇ ਗੁਰੂ ਵੀ ਖਾਏਗਾ ਤਾਂ ਕੋਈ ਪ੍ਰੋਬਲਮ ਨਹੀਂ ਆਏਗੀ, ਉੜਦ ਦੀ ਦਾਲ ਉੱਥੇ ਜਾ ਕੇ ਖਾ ਲੇਗਾ, ਰਬੜੀ ਖਾ ਲੇਗਾ, ਉੱਥੇ ਕੋਈ ਪ੍ਰੋਬਲਮ ਨਹੀਂ ਆਏਗੀ। ਦੂਸਰਾ ਆਪਾਂ ਲੈ ਸਕਦੇ ਹਾਂ ਕਿ ਜਦੋਂ ਵੀ ਆਪਾਂ ਖਾਣਾ ਖਾਣਾ ਹੈ
ਉਹ ਹਲਕਾ ਗਰਮ ਹੋਣਾ ਹੀ ਚਾਹੀਦਾ, ਇਹਨੇ ਕੀ ਬਹੁਤ ਜ਼ਿਆਦਾ, ਹਾਂਜੀ ਹਾਂਜੀ ਬਹੁਤ ਜ਼ਿਆਦਾ ਵੀ ਗਰਮ ਹੋਏਗਾ ਤਾਂ ਜ਼ੁਬਾਨ ਸੜ ਜਾਏਗੀ, ਖਾਦਾ ਨਹੀਂ ਜਾਏਗਾ, ਸਾਨੂੰ ਟੇਸਟ ਨਹੀਂ ਪਤਾ ਲੱਗਿਆ, ਤੁਸੀਂ ਕਈ ਵਾਰ ਦੇਖਿਆ ਹੈਗਾ ਤੱਤਾ ਤੱਤਾ ਤੁਸੀਂ ਮੂੰਹ ਚ ਪਾ ਲੈਂਦੇ ਹੋ, ਜ਼ੁਬਾਨ ਦੇ ਉੱਤੇ ਲੱਗਦਾ ਤੁਹਾਨੂੰ ਮਹਿਸੂਸ ਨਹੀਂ ਹੁੰਦੇਗਾ ਕਿ ਤੁਸੀਂ ਕੀ ਖਾਦਾ, ਬਸ ਗਰਮ ਹੀ ਲੱਗੂਗਾ ਤੁਹਾਨੂੰ। ਜੇਕਰ ਬਹੁਤ ਠੰਡਾ ਵੀ ਖਾਓਗੇ ਤਾਂ ਵੀ ਤੁਹਾਨੂੰ ਫਿਰ ਇਹਦਾ ਖਾਣ ਦਾ ਕੁਛ ਮਜ਼ਾ ਨਹੀਂ ਆਏਗਾ, ਇਸ ਕਰਕੇ ਸਾਨੂੰ ਐਗਜੈਕਟ ਉਹਦਾ ਓਰਿਜਿਨਲ ਸਵਾਦ ਚਾਹੀਦਾ ਤਾਂ ਥੋੜਾ ਕੋਸਾ ਹੋਣਾ ਚਾਹੀਦਾ, ਤੇ ਇਹਦੇ ਨਾਲ ਕੀ ਹੈ ਕਿ ਖਾਣਾ ਛੇਤੀ ਵੀ ਪੱਕਦਾ ਕਿਉਂਕਿ ਉਸਨੂੰ ਡਾਇਜੈਸਟ ਕਰਨ ਲਈ ਜਿਹੜੀ ਫਾਇਰ ਚਾਹੀਦੀ ਹੈ ਆਲਰੇਡੀ ਥੋੜੀ ਹੀਟਿਡ ਹੈ, ਜਿਹੜੀ ਸਾਡੀ ਬਾਡੀ ਦੇ ਵਿੱਚ ਫਾਇਰ ਹੈ ਜਿਹੜਾ ਉਸਨੂੰ ਡਾਇਜੈਸਟ ਕਰੇਗੀ ਉਹ ਵੀ ਉਸਨੂੰ ਪਹੁੰਚਾ ਦੇਗੀ, ਛੇਤੀ ਪਹੁੰਚਾ ਦੇਗੀ, ਗੈਸ ਵੀ ਨਹੀਂ ਬਣਦੀ ਇਹਦੇ ਨਾਲ ਤੇ ਜਲਦੀ ਮੋਟਾਪਾ ਵੀ ਨਹੀਂ ਆਏਗਾ। ਜਦੋਂ ਅਸੀਂ ਗੱਲ ਕਰਦੇ ਹਾਂ ਅਕਸਰ ਗੈਸ ਜਾਂ ਮੋਟਾਪੇ ਦੀ ਤੇ ਉਧਰੋਂ ਅਸੀਂ ਗੱਲ ਕਰਦੇ ਹਾਂ ਕਿ ਗਰਮ ਹੋਣਾ ਚਾਹੀਦਾ ਖਾਣਾ ਤੇ ਫਿਰ ਪਕੌੜੇ ਵੀ ਗਰਮ ਹੁੰਦੇ ਆ ਤੇ ਕੀ ਉਹ ਫਰਾਈਡ ਫਿਰ ਖਾਣੇ ਚਾਹੀਦੇ ਆ? ਦੇਖੋ ਮੈਂ ਦੱਸਿਆ ਨਾ ਕਿ ਕਿਸੇ ਵੀ ਚੀਜ਼ ਦਾ ਅਤੀ ਕਰ ਲਓ ਜਾਂ ਕਿਸੇ ਵੀ ਚੀਜ਼ ਦਾ ਬਹੁਤ ਘੱਟ ਕਰੋਗੇ ਤਾਂ ਨੁਕਸਾਨ ਹੈ, ਠੀਕ ਹੈ। ਪਕੌੜੇ ਖਾ ਸਕਦੇ ਹਾਂ ਆਪਾਂ, ਕੋਈ ਪ੍ਰੋਬਲਮ ਨਹੀਂ ਹੈ, ਪਰ ਇਹ ਹੈ ਕਿ ਜਿਹਨਾਂ ਨੂੰ ਐਸਿਡਿਟੀ ਦੀ ਪ੍ਰੋਬਲਮ ਰਹਿੰਦੀ ਹੈ, ਜਿਹਨਾਂ ਨੂੰ ਖੱਟਕਾਰ ਆਉਂਦੀ ਹੈ, ਛੱਤ ਚਾੜ ਪੈਂਦਾ ਹੈ, ਜੇ ਉਹ ਲੋਕ ਇਸ ਚੀਜ਼ ਦਾ ਇਸਤੇਮਾਲ ਕਰਨਗੇ ਤੇ ਉਹਨਾਂ ਨੂੰ ਪ੍ਰੋਬਲਮ ਆਏਗੀ। ਮਤਲਬ ਵਾਂਸ ਇਨ ਅ ਵਾਈਲ ਠੀਕ ਹੈ, ਤੁਸੀਂ ਜੇ ਉਹਨੂੰ ਫ੍ਰੀਕੁਐਂਟ ਰੂਪ ਦੇ ਵਿੱਚ ਖਾਂਦੇ ਹੋ, ਮੈਜਰਡ ਕੁਆਂਟੀਟੀ ਦੇ ਵਿੱਚ ਖਾਂਦੇ ਹੋ ਤਾਂ ਠੀਕ ਹੈ। ਹਾਂਜੀ ਹਾਂਜੀ ਜੀ, ਯਾਨੀ ਕਿ ਇਹ ਹੈਗਾ ਕਿ ਗਰਮ ਭੋਜਨ ਦੇ ਵਿੱਚ ਜਿਹੜਾ ਸਵਾਦ ਵੀ ਮੇਨਟੇਨ ਰਹੇਗਾ, ਉਹ ਪਾਚਣ ਵਾਸਤੇ ਵੀ ਠੀਕ ਰਹੇਗਾ ਤੇ ਗੈਸ ਵੀ ਨਹੀਂ ਬਣਾਏਗਾ, ਮੋਟਾਪੇ ਵਿੱਚ ਵੀ ਠੀਕ ਹੈ। ਤੇ ਜੇ ਇਹੋ ਹੀ ਅਸੀਂ ਗੱਲ ਕਰੀਏ ਕਿ ਜਿਵੇਂ ਅੱਜ ਕੱਲ੍ਹ ਚੱਲਦਾ ਹੈ ਕਿ ਫਰਿੱਜ ਵਿੱਚ ਪਿਆ ਹੋਇਆ ਖਾਣਾ ਬਣਾ ਕੇ ਰੱਖਿਆ ਜਾਂ ਡੀਪ ਫ੍ਰੀਜ਼ਰ ਵਿੱਚ ਰੱਖਿਆ, ਉਹਨੂੰ ਕੀ ਵਾਰ ਵਾਰ ਗਰਮ ਕਰਨ ਨਾਲ ਉਹਦੇ ਗੁਣ ਮੇਨਟੇਨ ਰਹਿੰਦੇ ਆ, ਜਾਂ ਉਹੀ ਚੀਜ਼ ਅਸੀਂ ਲੱਭ ਸਕਦੇ ਹਾਂ ਜਾਂ ਫਿਰ ਸਿਰਫ ਫਰੈਸ਼ਲੀ ਪ੍ਰਿਪੇਅਰਡ? ਦੇਖੋ ਗੱਲ ਏਦਾਂ ਕਿ ਆਯੁਰਵੇਦ ਕਹਿੰਦਾ ਹੈ ਕਿ ਜੋ ਚੀਜ਼ਾਂ ਫਰੈਸ਼ਲੀ ਪ੍ਰਿਪੇਅਰਡ ਨੇ ਉਹ ਸਭ ਤੋਂ ਬੈਟਰ ਨੇ, ਕਿਉਂਕਿ ਉਸ ਟਾਈਮ ਫ੍ਰੀਜ਼ਿੰਗ ਦਾ ਕੋਈ ਆਪਸ਼ਨ ਨਹੀਂ ਸੀਗਾ ਜੀ। ਬਟ ਅੱਜ ਕੀ ਹੋ ਗਿਆ ਕਿ ਸਾਡੇ ਕੋਲ ਆਫਿਸ ਵਰਕ ਜ਼ਿਆਦਾ ਹੋ ਗਏ ਨੇ, ਭੱਜ ਦੌੜ ਜ਼ਿਆਦਾ ਹੋ ਗਈ, ਇਸ ਕਰਕੇ ਆਪਾਂ ਥੋੜਾ ਫ੍ਰੀਜ਼ਰ ਦਾ ਯੂਜ ਕਰਨਾ ਸ਼ੁਰੂ ਕਰ ਦਿੱਤਾ ਜ਼ਿਆਦਾ, ਆਪਾਂ ਫਰੋਜ਼ਨ ਦੇ ਉੱਤੇ ਆ ਗਏ, ਆਪਾਂ ਰੈਡੀ ਟੂ ਯੂਜ਼ ਫੂਡ ਦੇ ਉੱਪਰ ਆ ਗਿਆ। ਮੈਨੂੰ ਲੱਗਦਾ ਕਿ ਹਜੇ ਇੰਡੀਆ ਦੇ ਵਿੱਚ ਇਹ ਕੰਸੈਪਟ ਇੰਨਾ ਜ਼ਿਆਦਾ ਨਹੀਂ ਹੈ, ਬਟ ਫੋਰਨ ਕੰਟਰੀਜ਼ ਦੇ ਵਿੱਚ ਤੁਸੀਂ ਵੇਖੋਗੇ ਕਿ ਜੋ ਵੀ ਚੀਜ਼ ਤੁਹਾਨੂੰ ਖਾਣੀ ਹੈ ਉਹ ਪ੍ਰੀਪੇਅਰਡ ਹੀ ਆਉਂਦੀ ਹੈ, ਬਾਅਦ ਤੁਸੀਂ ਮਾਈਕ੍ਰੋਵੇਵ 'ਚ ਰੱਖੋ ਤੇ ਇਟਸ ਰੈਡੀ ਟੂ ਯੂਜ਼। ਹਾਂਜੀ, ਬੰਦਾ ਘਰ ਵੀ ਬਣਾਉਣਾ ਤੇ ਉਹ ਵੀਕਐਂਡ ਤੇ ਬਣਾ ਕੇ ਫ੍ਰੀਜ਼ਰ 'ਚ ਰੱਖ ਲੈਂਦੇ, ਉਸ ਤੋਂ ਬਾਅਦ ਗਰਮ ਕਰਕੇ ਖਾ ਰਹੇ ਹੁੰਦੇ। ਹਾਂਜੀ, ਇਹ ਚੀਜ਼ ਜਿੰਨੀ ਅਵੋਇਡ ਕੀਤੀ ਜਾਏ ਉਨੀ ਜ਼ਿਆਦਾ ਬੈਟਰ ਹੈ। ਅੱਜ ਕੱਲ੍ਹ ਤੇ ਬਲਕਿ ਮਾਡਰਨ ਰਿਸਰਚ ਇਹ ਵੀ ਆ ਗਈ ਹੈ ਕਿ ਮਾਈਕ੍ਰੋਵੇਵ ਵੀ ਘੱਟ ਤੋਂ ਘੱਟ ਇਸਤੇਮਾਲ ਕਰੋ, ਬਿਕੋਜ਼ ਉਹਦੇ ਜਿਹੜੇ ਵੇਸਟ ਹੈ ਉਹ ਹਾਨੀਕਾਰਕ ਹੈ। ਬਿਲਕੁਲ ਮੈਮ, ਬਿਲਕੁਲ ਦੱਸ ਰਹੇ ਨੇ ਅੱਜ ਕੱਲ੍ਹ ਕਿ ਮਾਈਕ੍ਰੋਵੇਵ ਦਾ ਜਿੰਨਾ ਇਸਤੇਮਾਲ ਘੱਟ ਹੋਏ ਉਨਾ ਜ਼ਿਆਦਾ ਬੈਟਰ ਹੈ, ਕਿਉਂਕਿ ਇਹਦੀਆਂ ਜਿਹੜੀਆਂ ਰੇਜ਼ ਨੇ ਉਹ ਬਹੁਤ ਸਾਰੇ ਤਰ੍ਹਾਂ ਦੇ ਕੈਂਸਰ ਤੇ ਵੱਖੋ ਵੱਖ ਬਿਮਾਰੀਆਂ ਜਿਹੜੀਆਂ ਨੇ ਉਹ ਪੈਦਾ ਕਰ ਰਹੀਆਂ ਨੇ। ਜੀ, ਗਰਮ ਭੋਜਨ ਤੋਂ ਅਗਲਾ ਫਿਰ ਕਿਹੜਾ ਸਿਧਾਂਤ ਹੋਵੇਗਾ ਡਾਕਟਰ? ਜਿਹਨੂੰ ਆਪਾਂ ਕਹਿ ਸਕਦੇ ਹਾਂ ਹਲਕਾ ਜਿਹਾ ਮੋਇਸਟ ਹੋਣਾ ਚਾਹੀਦਾ ਹੈ, ਓਇਲੀਨੈਸ ਜ਼ਰੂਰ ਹੋਣੀ ਚਾਹੀਦੀ ਹੈ ਉਹਦੇ ਵਿੱਚ ਜੀ, ਮਤਲਬ ਬਿਲਕੁਲ ਡਰਾਈ ਖੁਸ਼ਕ ਨਾ ਹੋਵੇ। ਹਾਂਜੀ ਹਾਂਜੀ, ਜੇ ਡਰਾਈ ਹੋਏ ਆ ਤਾਂ ਵੀ ਪ੍ਰੋਬਲਮ ਕਰਦਾ। ਹੁਣ ਮੋਟੇ ਲੋਕ ਨੇ ਉਹ ਕਹਿੰਦੇ ਨੇ ਕਿ ਆਪਾਂ ਓਇਲ ਕਿੱਦਾਂ ਖਾਵਾਂਗੇ, ਜ਼ਰੂਰੀ ਨਹੀਂ ਹੈ ਕਿ ਓਇਲ ਜਿਹੜਾ ਪਤਲੇ ਲੋਕਾਂ ਵਾਸਤੇ ਹੀ ਹੈ, ਮੋਟੇ ਲੋਕਾਂ ਵਾਸਤੇ ਵੀ ਹੈ ਓਇਲ, ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਸਰਸੋਂ ਦਾ ਤੇਲ ਹੈ, ਉਹਦੇ ਮੋਟੇ ਲੋਕ ਖਾਣਗੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ, ਜਾਂ ਤਾਂ ਦੇਸੀ ਘਿਓ ਜਿਹੜਾ ਉਹ ਇਸਤੇਮਾਲ ਕਰਨ ਤਾਂ ਵੀ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਆਏਗੀ। ਇਹਦੇ ਵਿੱਚ ਕੀ ਹੈ ਕਿ ਜਦੋਂ ਆਪਾਂ ਥੋੜਾ ਮੋਇਸਚ ਲੈਂਦੇ ਨਾ ਤਾਂ ਜ਼ੁਬਾਨ ਦੇ ਉੱਤੇ ਜ਼ਿਆਦਾ ਵਧੀਆ ਲੱਗਦਾ ਖਾਣ ਦੇ ਵਿੱਚ, ਇਹਦਾ ਟੇਸਟ ਜ਼ਿਆਦਾ ਬੈਟਰ ਹੋ ਜਾਂਦਾ। ਤੇ ਜਦੋਂ ਵੀ ਆਪਾਂ ਥੋੜਾ ਮੋਇਸਚ ਲਵਾਂਗੇ, ਸੇਮ ਪ੍ਰੋਸੈਸ ਜਿੱਦਾਂ ਮੈਂ ਪਹਿਲੇ ਕਿਹਾ ਕਿ ਗੈਸ ਨਹੀਂ ਬਣਦੀ ਹੈ, ਤੁਸੀਂ ਦੇਖੋਗੇ ਕਿ ਜਦੋਂ ਵੀ ਤੁਹਾਡੇ ਪੇਟ ਗੈਸ ਬਣੇਗੀ ਤੁਸੀਂ ਇਹ ਸੋਚਦੇ ਹੋ ਕਿ ਯਾਰ ਕੋਈ ਚੀਜ਼ ਗਰਮ ਲੈ ਲਿੱਤੀ ਜਾਵੇ, ਅਜਵਾਇਣ ਲੈ ਲਿੱਤੀ ਜਾਵੇ, ਜਾਂ ਪੇਟ ਦੇ ਉੱਤੇ ਘਿਓ ਲਗਾ ਲਿੱਤਾ ਜਾਵੇ, ਤੇਲ ਲਗਾ ਲਿੱਤਾ ਜਾਵੇ, ਥੋੜੀ ਦੇਰ ਦੇ ਵਿੱਚ ਬੈਟਰ ਮਹਿਸੂਸ ਕਰਦੇ। ਜੇ ਆਪਾਂ ਓਇਲ ਅੰਦਰ ਲੈ ਲਾਂਗੇ ਖਾਣੇ ਦੇ ਨਾਲ ਤਾਂ ਸਾਨੂੰ ਜ਼ਿਆਦਾ ਬੈਟਰ ਮਹਿਸੂਸ ਹੋਏਗਾ, ਡਾਈਜੈਸ਼ਨ ਬੈਟਰ ਹੋ ਜਾਏਗੀ ਜੀ। ਔਰ ਡਾਕਟਰ ਸਾਹਿਬ, ਜਿਵੇਂ ਅੱਜ ਕੱਲ੍ਹ ਜ਼ਿਆਦਾ ਟ੍ਰੈਂਡ ਚੱਲਿਆ ਕਿ ਅਸੀਂ ਕਹਿੰਦੇ ਕਿ ਫਾਈਬਰ ਜ਼ਿਆਦਾ ਹੋਵੇ, ਉਹ ਭਾਵੇਂ ਆਟਾ ਤੇ ਅਸੀਂ ਕਹਿੰਦੇ ਬ੍ਰੈਨ ਹੋਵੇ, ਔਰ ਪ੍ਰੋਬਲਮ ਇਹ ਆਉਂਦੀ ਕਿ ਫਾਈਬਰ ਵਾਲੇ ਜ਼ਿਆਦਾ ਜਿਹੜੇ ਫੂਡਸ ਹੈਗੇ ਆ ਉਹਨਾਂ ਦੇ ਵਿੱਚ ਜਿਹੜਾ ਸਨਿਗਧ ਤੱਤ ਅਸੀਂ ਕਹਿੰਦੇ ਹਾਂ ਕਿ ਠੰਡਾਈ ਜਿਹੜੀ ਹੈ ਉਹ ਘੱਟ ਹੁੰਦੀ ਹੈ, ਤੇ ਫਿਰ ਇਹ ਤੇ ਕਲੈਸ਼ ਕਰ ਗਿਆ ਫਿਰ ਓਪੀਨੀਅਨ? ਨਹੀਂ, ਏਦਾਂ ਨਹੀਂ ਹੈ। ਦੇਖੋ ਜੋ ਡਰਾਈਨੈਸ ਆਪਾਂ ਕਹਿੰਦੇ ਨਾ ਸੰਸਕਾਰ ਕਰਨਾ ਚਾਹੀਦਾ, ਮੈਂ ਅੱਗੇ ਆਵਾਂਗਾ ਹੁਣ ਸੰਸਕਾਰ ਬਾਰੇ ਵੀ ਦੱਸਾਂਗਾ। ਸੰਸਕਾਰ ਦੇ ਵਿੱਚ ਜਦੋਂ ਆਪਾਂ ਇਸ ਚੀਜ਼ ਨੂੰ ਪ੍ਰੋਸੈਸ ਕਰਦੇ ਹਾਂ ਨਾ, ਤਾਂ ਦੇਖੋ ਜੋ ਡਰਾਈਨੈਸ ਹੈ ਉਸ ਚੀਜ਼ ਨੂੰ ਕਾਊਂਟਰ ਕਰਨ ਵਾਸਤੇ ਥੋੜਾ ਜਿਹਾ ਮੋਇਸਚਰ ਹੋਣਾ ਚਾਹੀਦਾ। ਦੇਖੋ ਕਿ ਜੇ ਆਪਾਂ ਬਾਜਰੇ ਦੀ ਜਾਂ ਜੌਂ ਦੀ ਰੋਟੀ ਬਣਾਉਂਦੇ ਹਾਂ, ਉਹ ਬਹੁਤ ਸੁੱਕੀ ਹੋ ਜਾਂਦੀ ਹੈ ਜੀ, ਬਿਲਕੁਲ ਕਈ ਵਾਰੀ ਖਾਧੀ ਨਹੀਂ ਜਾਂਦੀ ਹੈ, ਤੇ ਉਹਦੇ ਨਾਲ ਜਾਂ ਤੁਸੀਂ ਕੋਸ਼ਿਸ਼ ਕਰੋਗੇ ਕਿ ਮੱਖਣ ਲਿੱਤਾ ਜਾਵੇ ਜਾਂ ਫਿਰ ਕੋਈ ਸੂਪ ਜਾਂ ਕੋਈ ਗਿੱਲੀ ਚੀਜ਼ ਲਿੱਤੀ ਜਾਵੇ, ਕਿਉਂਕਿ ਜ਼ੁਬਾਨ ਦੇ ਵਿੱਚ ਵੀ ਕਈ ਵਾਰੀ ਲੱਗਦਾ ਕਿ ਥੋੜੀ ਜ਼ਿਆਦਾ ਕੜਕਦੀ ਹੈ, ਤੇ ਜੇ ਉਹਦੇ ਵਿੱਚ ਥੋੜਾ ਜਿਹਾ ਘਿਓ ਪਾ ਦਿੱਤਾ ਜਾਵੇ ਆਟੇ ਨੂੰ ਗੁੰਨਦੇ ਹੋਏ ਤਾਂ ਉਹ ਜ਼ਿਆਦਾ ਬੈਟਰ ਹੋ ਜਾਏਗੀ, ਥੋੜੀ ਸੌਫਟ ਹੋ ਜਾਏਗੀ, ਖਾਣ ਦੇ ਵਿੱਚ ਈਜ਼ੀ ਹੋਏਗੀ। ਬਟ ਜਿਹੜਾ ਉਹਦਾ ਡਰਾਈਨੈਸ ਦਾ ਗੁਣ ਹੈਗਾ ਨਾ, ਜੇ ਉਸ ਆਟੇ ਦਾ ਡਰਾਈਨੈਸ ਦਾ ਗੁਣ ਹੈ ਉਹ ਨਹੀਂ ਜਾਊਗਾ, ਉਹ ਡਰਾਈ ਕਰੂਗਾ ਹੀ।
ਜੀ ਦੇਖੋ, ਪੁਰਾਣੀਆਂ ਜਿਹੜੀਆਂ ਚੀਜ਼ਾਂ ਬਣੀਆਂ ਸੀ ਕਿੰਨੀ ਸਾਇੰਟਿਫਿਕ ਰਿਸਰਚ ਦੇ ਉੱਪਰ ਬੇਸਡ ਸੀ। ਜੇ ਬਾਜਰੇ ਦੀ ਰੋਟੀ ਖਾਣੀ ਹੈ ਤੇ ਉਹ ਕਹਿੰਦੇ ਸੀ ਘਿਓ ਲਗਾ ਕੇ ਖਾਓ ਜਾਂ ਚੂਰੀ ਬਣਾ ਕੇ ਖਾਓ। ਪਰ ਜਿੰਨੀਆਂ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ, ਈਵਨ ਮੈਂ ਰੀਸੈਂਟ ਇੱਕ ਰਿਸਰਚ ਪੜ੍ਹ ਰਹੀ ਸੀ ਕਿ ਜਿਹੜੀਆਂ ਪੁਰਾਣੀਆਂ ਸਾਡੀਆਂ ਬਣੀਆਂ ਕਿ ਆਲੂ ਦੇ ਪਰੌਂਠੇ ਉੱਪਰ ਮੱਖਣ ਲਗਾ ਕੇ ਖਾਓ, ਘਿਓ ਖਾਓ, ਉਹਦਾ ਬੜਾ ਡਿਟੇਲ ਚ ਦੱਸਿਆ ਹੋਇਆ ਸੀ ਕਿ ਕਿਉਂ ਜ਼ਰੂਰੀ ਹੈ ਔਰ ਚਾਵਲ ਦੇ ਵਿੱਚ ਘਿਓ ਪਾਉਣਾ ਕਿਉਂ ਜ਼ਰੂਰੀ ਹੈ। ਤੇ ਦੇਖੋ ਇਹ ਸਾਰੀਆਂ ਚੀਜ਼ਾਂ ਫਿਰ ਉਸ ਤਰੀਕੇ ਨਾਲ ਹੀ ਆ ਰਹੀਆਂ। ਔਰ ਅੱਜ ਕੱਲ੍ਹ ਜਦੋਂ ਡਾਇਟੀਸ਼ੀਅਨ ਕੋਲ ਤੁਸੀਂ ਜਾਂਦੇ ਹੋ ਔਰ ਉਹ ਤੁਹਾਨੂੰ ਟੋਟਲ ਫਾਈਬਰ ਇਸਤੇਮਾਲ ਕਰਨ ਲਈ ਕਹਿੰਦੇ ਹੋ, ਡੈਫੀਨੇਟਲੀ ਉਹਦੇ ਨਾਲ ਕੌਨਸਟੀਪੇਸ਼ਨ ਹੁੰਦੀ ਹੈ। ਈਵਨ ਮੈਡੀਸਨ ਵੀ ਆਪਾਂ ਦੇਖੀਏ ਕਿ ਤ੍ਰਿਫਲਾ ਅਸੀਂ ਰੈਗੂਲਰ ਲੈ ਰਹੇ ਹਾਂ, ਕਾਫੀ ਲੰਬੇ ਟਾਈਮ ਤੱਕ ਲੈ ਰਹੇ ਹਾਂ ਔਰ ਖੁਸ਼ਕ ਹੁੰਦਾ। ਜੇ ਅਸੀਂ ਉਹਦੇ ਵਿੱਚ ਦੁੱਧ 'ਚ ਘਿਓ ਪਾ ਕੇ ਉਸ ਤਰੀਕੇ ਨਾਲ ਨਹੀਂ ਲੈਂਦੇ ਤੇ ਉਹ ਵੀ ਕੌਨਸਟੀਪੇਸ਼ਨ ਕਰ ਦਿੰਦਾ, ਡਰਾਈ ਅਪ ਕਰ ਦਿੰਦਾ ਸਟੂਲ ਨੂੰ ਬਿਲਕੁਲ। ਜਿਹੜੇ ਅਸੀਂ ਚੀਜ਼ਾਂ ਖਾਂਦੇ ਹਾਂ ਉਹਨਾਂ ਦੇ ਵਿੱਚ ਵੀ ਸਮਾਵੇਸ਼ ਹੈ ਇਹਨਾਂ ਚੀਜ਼ਾਂ ਦਾ। ਹਾਂਜੀ, ਇਹਦੇ ਵਿੱਚ ਦੇਖੋ ਜਿਵੇਂ ਆਪਾਂ ਕਹਿੰਦੇ ਪੰਜ ਤੱਤ ਸਾਡੇ ਪ੍ਰਿਥਵੀ, ਜਲ, ਅਗਨੀ, ਵਾਯੂ, ਆਕਾਸ਼। ਇਹਦੇ ਵਿੱਚ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਲਘੂਤਾ ਜਿਹੜੀ ਆਉਂਦੀ ਹੈ ਸਾਡੇ ਖਾਣੇ ਦੇ ਵਿੱਚ, ਲਘੂਤਾ ਜਿਹੜੀ ਆਉਂਦੀ ਹੈ ਉਹ ਵਾਯੂ, ਲਘੂਤਾ ਮਤਲਬ ਜਿਹੜਾ ਲਾਈਟ ਅਸੀਂ ਕਹਿੰਦੇ ਹਾਂ ਕਿ ਹਲਕਾ ਲਾਈਟਨੈਸ, ਜਿਹੜਾ ਛੇਤੀ ਪਚ ਜਾਂਦਾ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਵਾਯੂ ਤੇ ਅਗਨੀ ਕਰਕੇ ਹੈ। ਠੀਕ ਹੈ, ਅਗਨੀ ਤੱਤ ਜਿਹਦੇ ਵਿੱਚ ਪ੍ਰਧਾਨ ਹੈ ਉਹ ਲਘੂ ਹੈ। ਹੁਣ ਤੁਸੀਂ ਦੇਖੋ ਕਿ ਸਾਡੀ ਬੋਡੀ ਦੇ ਵਿੱਚ ਵੀ ਜਿਹੜੀ ਅਗਨੀ ਹੈ ਉਹਨੂੰ ਡਾਇਜੈਸਟ ਕਰਨਾ, ਤੇ ਜਿਹੜਾ ਲਘੂ ਦ੍ਰਵ ਹੈ ਜਿੱਦਾਂ ਆਪਾਂ ਮੂੰਗ ਦੀ ਦਾਲ ਹੈ ਜਾਂ ਛਾਲੀ ਚਾਵਲ ਹੈ ਜਾਂ ਮੁਰਮੁਰੇ ਆ ਜਾਂਦੇ ਆ ਜਿਹੜੇ ਆਪਾਂ ਚਾਵਲ ਖਾਂਦੇ ਹਾਂ, ਤੁਸੀਂ ਦੇਖੋ ਖਾਣ ਤੋਂ ਬਾਅਦ ਥੋੜੀ ਦੇਰ ਬਾਅਦ ਫਿਰ ਭੁੱਖ ਲੱਗ ਜਾਏਗੀ। ਉਹ ਕਿਉਂ? ਕਿਉਂਕਿ ਉਹਨਾਂ ਦੇ ਆਪਣੇ ਅੰਦਰ ਵੀ ਜਿਹੜੀ ਹੈ ਅਗਨੀ ਹੈਗੀ ਹੈ ਜਿਹੜੀ ਫਟਾਫਟ ਪਹੁੰਚਾਉਂਦੀ ਹੈ ਉਸ ਚੀਜ਼ ਨੂੰ ਸਾਡੇ ਅੰਦਰ ਜਾ ਕੇ ਉਹ ਚੀਜ਼ ਛੇਤੀ ਪਚ ਜਾਂਦੀ ਹੈ। ਹੁਣ ਜੇ ਆਪਾਂ ਗੁਰੂ ਦ੍ਰਵਿਆਂ ਦੀ ਗੱਲ ਕਰੀਏ ਜਿਹੜੇ ਹੈਵੀ ਟੂ ਡਾਇਜੈਸਟ ਨੇ, ਉਹਨੂੰ ਆਪਾਂ ਕਹਿ ਸਕਦੇ ਵਾਟਰ ਪਲੱਸ ਅਰਥ ਐਲੀਮੈਂਟ ਜਿਹੜਾ ਉਹਨਾਂ ਦੇ ਵਿੱਚ ਜ਼ਿਆਦਾ ਹੁੰਦਾ, ਜਿਹਨੂੰ ਆਪਾਂ ਕਹਿ ਸਕਦੇ ਹਾਂ ਜਿੱਦਾਂ ਉਹ ਦਹੀਂ ਹੋ ਗਈ, ਰਬੜੀ ਹੈ, ਗੁੜ, ਮਲਾਈ ਜਾਂ ਗੰਨੇ ਦਾ ਰਸ ਲੈ ਲਓ। ਗੰਨੇ ਦਾ ਰਸ ਲੈਣ ਤੋਂ ਬਾਅਦ ਤੁਹਾਨੂੰ ਲੱਗੇਗਾ ਥੋੜੀ ਦੇਰ ਬਾਅਦ ਹਜੇ ਮੈਨੂੰ ਭੁੱਖ ਨਹੀਂ, ਏਦਾਂ ਲੱਗਦਾ ਜਿੱਦਾਂ ਕੱਪ ਹੈਗਾ ਮੇਰੇ ਮੂੰਹ ਦੇ ਵਿੱਚ, ਟੇਸਟ ਦੇ ਵਿੱਚ ਏਦਾਂ ਥੁੱਕ ਆ ਰਹੀ ਹੈ, ਰਬੜੀ ਜਾਂ ਗੁੜ ਖਾ ਲਓਗੇ ਜਾਂ ਕੁਛ ਏਦਾਂ ਮਲਾਈ ਲੈ ਲਓ, ਛਾਣਾ ਲੈ ਲਓ। ਉਸ ਤੋਂ ਖਾਣ ਤੋਂ ਬਾਅਦ ਵੀ ਤੁਹਾਨੂੰ ਥੋੜੀ ਦੇਰ ਬਾਅਦ ਲੱਗੇ ਨਹੀਂ, ਗਲੇ ਦੇ ਵਿੱਚ ਜਿੱਦਾਂ ਕੱਪ ਕੱਪ ਹੈਗੀ ਹੈ, ਥੋੜਾ ਗਰਮ ਪਾਣੀ ਲੈ ਕੇ ਮੂੰਹ ਇੱਕ ਵਾਰ ਸਾਫ਼ ਕਰ ਲਿੱਤਾ ਜਾਵੇ, ਫਿਰ ਦੇਖਾਂਗੇ ਖਾਣਾ ਹੈ ਕਿ ਨਹੀਂ ਖਾਣਾ। ਇਹ ਸਾਰੀਆਂ ਚੀਜ਼ਾਂ ਨੇ ਇਹਨਾਂ ਦੇ ਵਿੱਚ ਜਲ ਤੇ ਪ੍ਰਿਥਵੀ ਐਲੀਮੈਂਟ ਜਿਹੜਾ ਨਾ ਉਹ ਜ਼ਿਆਦਾ ਹੈ, ਜਿਹੜਾ ਟਾਈਮ ਜ਼ਿਆਦਾ ਲੱਗਦਾ। ਇਹ ਵੀ ਬਹੁਤ ਲੰਬਾ ਸਬਜੈਕਟ ਬਣ ਜਾਂਦਾ ਹੈ ਕਿ ਅਸੀਂ ਕਿਸੇ ਦਿਨ ਡਿਸਕਸ ਕਰੀਏ ਕਿ ਸਾਡੀ ਬੋਡੀ ਦੇ ਵਿੱਚ ਕਿਹੜੀ ਚੀਜ਼ ਕਿਸ ਟਾਈਮ ਜ਼ਿਆਦਾ ਹਾਵੀ ਹੁੰਦੀ ਹੈ, ਫਿਰ ਉਹਦੇ ਅਕੋਰਡਿੰਗਲੀ ਅਸੀਂ ਜਿਹੜੀ ਚੀਜ਼ ਖਾਣੀ ਹੈ ਕਿ ਉਹਦੇ ਵਿੱਚ ਪੰਜ ਤੱਤਾਂ ਦਾ ਕਿੰਨਾ ਸਮਾਵੇਸ਼ ਹੋਵੇ, ਔਰ ਮਤਲਬ ਰਾਤ ਨੂੰ ਕੀ ਖਾਣਾ ਚਾਹੀਦਾ, ਸਵੇਰੇ ਕੀ ਖਾਣਾ ਚਾਹੀਦਾ, ਦੁਪਹਿਰੇ ਕੀ ਖਾਣਾ ਚਾਹੀਦਾ। ਔਰ ਦਹੀਂ ਦੇ ਬਾਰੇ ਜਿੱਦਾਂ ਇੱਕ ਮਿਸਕਨਸੈਪਸ਼ਨ ਹੈ ਕਿ ਬਹੁਤ ਹਲਕੀ ਹੁੰਦੀ ਹੈ ਔਰ ਇੱਕ ਠੰਡੀ ਚੀਜ਼ ਹੈ, ਉਹ ਜ਼ਰੂਰ ਮੈਂ ਚਾਹੁੰਗੀ ਲੱਗਦੇ ਹੱਥੋਂ ਵੀ ਕਲੀਅਰ ਕਰ ਦਿਓ ਕਿ ਵਾਕਈ ਸਭ ਤੋਂ ਭਾਰੇ ਭੋਜਨਾਂ ਦੇ ਵਿੱਚ ਗਿਣਿਆ ਜਾਂਦਾ। ਆਯੁਰਵੇਦ ਮੰਨਦਾ ਕਿ ਦਹੀਂ ਗਰਮ ਹੁੰਦੀ ਹੈ, ਬਟ ਜਿੰਨੇ ਕੁ ਲੋਕਾਂ ਨੂੰ ਪੁੱਛਿਆ ਜਾਵੇ ਨਾ, ਉਹ ਹਰ ਕੋਈ ਇਹੀ ਕਹਿੰਦਾ ਡਾਕਟਰ ਸਾਹਿਬ ਦਹੀਂ ਤਾਂ ਠੰਡੀ ਹੁੰਦੀ ਹੈ, ਗਰਮੀ ਚ ਆਪਾਂ ਦਹੀਂ ਖਾਈਦੀ ਹੈ, ਦਹੀਂ ਸਿਰਫ ਗਰਮੀ ਚ ਖਾਣੀ ਚਾਹੀਦੀ ਹੈ। ਬਟ ਮੈਂ ਬਿਲਕੁਲ ਕਹਿਣਾ ਚਾਹੂੰਗਾ ਕਿ ਦਹੀਂ ਗਰਮ ਹੁੰਦੀ ਹੈ ਤੇ ਇਹਦਾ ਜਿਹੜਾ ਆਈਡੀਅਲ ਟਾਈਮ ਹੈ ਉਹ ਸਰਦੀ ਦਾ ਟਾਈਮ ਹੈ, ਉਸ ਟਾਈਮ ਹੀ ਖਾਣੀ ਚਾਹੀਦੀ ਹੈ। ਜੇਕਰ ਤੁਸੀਂ ਦਹੀਂ ਨੂੰ ਲੈਣਾ ਚਾਹੁੰਦੇ ਹੋ ਤਾਂ ਗਰਮੀਆਂ ਦੇ ਵਿੱਚ ਤੁਸੀਂ ਇਹਦੀ ਛਾਛ ਬਣਾ ਕੇ ਲੈ ਸਕਦੇ ਹੋ, ਬਹੁਤ ਜ਼ਿਆਦਾ ਜਿਹਨੂੰ ਆਪਾਂ ਕਹਿੰਦੇ ਜੇ ਉਹ ਵੀ ਚੀਜ਼ ਜਿਵੇਂ ਪੁਰਾਣੀ ਸਾਡੇ ਬਣੀ ਚਾਟੀ ਦੀ ਲੱਸੀ ਪੀਂਦੇ ਸੀ, ਚਾਟੀ ਦੀ ਲੱਸੀ ਬਿਲਕੁਲ ਉਹ ਜ਼ਿਆਦਾ ਬੈਟਰ ਰਹਿੰਦੀ ਹੈ। ਹੁਣ ਇੱਥੇ ਜਿਹੜੀ ਗੱਲ ਆ ਗਈ ਨਾ, ਇਹ ਸੰਸਕਾਰ ਦੀ ਗੱਲ ਆ ਗਈ, ਪਰ ਸੰਸਕਾਰ ਦੀ ਵੀ ਗੱਲ ਕਰਦੇ ਤੇ ਭੁਲੇਖਾ ਇਹ ਹੋ ਜਾਂਦਾ ਕਿ ਦਹੀਂ ਦਾ ਟੈਂਪਰੇਚਰ ਕੂਲ ਹੈ ਔਰ ਉਹਦੀ ਤਾਸੀਰ ਗਰਮ ਹੈ, ਤੇ ਸਾਡਾ ਜਿਹੜਾ ਦਿਲ ਕਰਦਾ ਉਹ ਸਰਦੀ ਚ ਕਰਦਾ ਹੀ ਨਹੀਂ ਕਿ ਠੰਡਾ ਠੰਡਾ ਦਹੀਂ ਖਾਧਾ ਜਾਏ, ਉਹ ਦਿਲ ਕਰਦਾ ਕਿ ਗਰਮੀ ਦੇ ਵਿੱਚ ਅਸੀਂ ਉਸਨੂੰ ਖਾਈਏ। ਔਰ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਰਾਤ ਨੂੰ ਜਦੋਂ ਕਿ ਅਸੀਂ ਭਾਰੀ ਚੀਜ਼ ਨਹੀਂ ਖਾਣੀ, ਤੇ ਇਸ ਲਈ ਦਹੀਂ ਨੂੰ ਰਾਤ ਨੂੰ ਖਾਣਾ ਮਨਾ ਕੀਤਾ ਹੋਇਆ। ਬਿਲਕੁਲ ਮਨਾ, ਬਿਲਕੁਲ ਸਹੀ ਕਹਿ ਰਹੇ ਸੀ, ਰਾਤ ਨੂੰ ਦਹੀਂ ਖਾਣੀ ਮਨਾ ਕੀਤੀ ਹੈ। ਪਰ ਜੇਕਰ ਬਹੁਤ ਹੀ ਜ਼ਿਆਦਾ ਇੱਛਾ ਹੈ ਖਾਣ ਦੀ, ਫਿਰ ਉਹਨੇ ਇਹ ਵੀ ਦੱਸਿਆ ਕਿ ਜੇ ਤੁਸੀਂ ਰਾਤ ਨੂੰ ਖਾਣੀ ਤਾਂ ਤੁਸੀਂ ਕਿੱਦਾਂ ਖਾ ਸਕਦੇ ਹੋ, ਫਿਰ ਤੁਸੀਂ ਖਾ ਸਕਦੇ ਹੋ ਮੂੰਗ ਦੀ ਦਾਲ ਦੇ ਨਾਲ, ਦੂਸਰਾ ਤੁਸੀਂ ਖਾ ਸਕਦੇ ਹੋ ਆਮਲੇ ਦਾ ਚੂਰਨ ਪਾ ਕੇ, ਜਾਂ ਫਿਰ ਤੁਸੀਂ ਖਾ ਸਕਦੇ ਹੋ ਦੇਸੀ ਘਿਓ ਦੇ ਨਾਲ, ਮੀਨਸ ਰੋਟੀ ਦੇ ਉੱਤੇ ਦੇਸੀ ਘਿਓ ਥੋੜਾ ਜ਼ਿਆਦਾ ਪਾਓ ਤਾਂ ਦਹੀਂ ਖਾ ਸਕਦੇ। ਇਹ ਵੀ ਉਲਟਾ ਹੋ ਗਿਆ ਕਿ ਘਿਓ ਨੂੰ ਵੀ ਭਾਰਾ ਮੰਨਦੇ ਔਰ ਦਹੀਂ ਨੂੰ ਵੀ ਭਾਰਾ ਮੰਨਦੇ ਔਰ ਰਾਤ ਨੂੰ ਖਾ ਰਿਹਾ। ਇੱਥੇ ਜਿਹੜਾ ਨਾ ਘਿਓ ਅਗਨੀ ਸੰਸਕਾਰ ਕਰਦਾ, ਘਿਓ ਇਟ ਹੈਜ਼ ਜਿਹੜਾ ਨਾ ਡਾਈਜੈਸ਼ਨ ਪਾਵਰ ਵਧਾਉਂਦਾ ਸਾਡੀ, ਇਸ ਕਰਕੇ ਆਪਾਂ ਦੱਸਦੇ ਹਾਂ ਕਿ ਰਾਤ ਨੂੰ ਜੇ ਖਾਣਾ ਤੁਸੀਂ ਘਿਓ ਦੇ ਨਾਲ ਖਾ ਸਕਦੇ ਹੋ। ਕਈ ਵਾਰੀ ਮੈਨੂੰ ਵੀ ਲੱਗਦਾ ਸੀਗਾ ਕਿ ਜਦੋਂ ਮੈਂ ਨਵਾਂ ਨਵਾਂ ਪੜ੍ਹਦਾ ਸੀਗਾ ਕਿ ਕਿਉਂ ਦਹੀਂ ਦੇ ਨਾਲ ਖਾਣਾ, ਪਹਿਲੇ ਤਾਂ ਮੈਨੂੰ ਸਮਝ ਨਹੀਂ ਆਉਂਦਾ ਸੀਗਾ ਕਿ ਦਹੀਂ ਤੇ ਘਿਓ ਖਾਣਾ ਕਿੱਦਾਂ, ਦਹੀਂ ਦੇ ਵਿੱਚ ਘਿਓ ਪਾ ਕੇ ਖਾਣਾ ਜਾਂ ਘਿਓ ਨੂੰ ਦਹੀਂ ਦੇ ਵਿੱਚ ਪਾ ਕੇ ਖਾਣਾ। ਫਿਰ ਲੇਟਰ ਆਨ ਹੌਲੀ ਹੌਲੀ ਸਮਝ ਆਇਆ ਕਿ ਨਹੀਂ ਵੀ ਤੁਸੀਂ ਰੋਟੀ ਦੇ ਉੱਤੇ ਘਿਓ ਥੋੜਾ ਜ਼ਿਆਦਾ ਪਾ ਲਓ ਤਾਂ ਉੱਦਾਂ ਤੁਸੀਂ ਖਾ ਸਕਦੇ, ਕਿਉਂਕਿ ਤੁਸੀਂ ਦਹੀਂ ਦੇ ਵਿੱਚ ਘਿਓ ਪਾ ਕੇ ਖਾਓਗੇ ਤੁਹਾਨੂੰ ਟੇਸਟ ਨਹੀਂ ਲੱਗੇਗਾ। ਮੈਂ ਖਾ ਕੇ ਵੇਖਿਆ ਸੀਗਾ, ਇਸ ਕਰਕੇ ਮੈਨੂੰ ਪਤਾ ਸੂਟ ਨਹੀਂ ਕਰਦਾ। ਫਿਰ ਦੈਨ ਰਿਅਲਾਈਜ਼ ਕਿ ਨਹੀਂ, ਰੋਟੀ ਦੇ ਨਾਲ ਤੁਸੀਂ ਘਿਓ ਥੋੜਾ
ਹੁਣ ਦੇਖੋ ਇਹ ਵੀ ਕਿੰਨੀ ਪੁਰਾਣੀ ਚੀਜ਼ ਸਾਡੇ ਚੱਲੀ ਆ ਰਹੀ ਹੈ ਨਾ, ਟ੍ਰੈਡੀਸ਼ਨ ਚ ਜਿਹੜਾ ਘਿਓ ਸ਼ੱਕਰ ਨਾਲ ਰੋਟੀ ਖਾਂਦੇ ਸੀ, ਬੜੀ ਸਵਾਦ ਲੱਗਦੀ ਸੀ। ਮੈਨੂੰ ਅੱਜ ਵੀ ਚੂਰੀ ਕੁੱਟੀ ਖਾਓ। ਡਾਕਟਰ ਸਾਹਿਬ ਜਿਵੇਂ ਲੱਸੀ ਦੀ ਆਪਾਂ ਗੱਲ ਕਰ ਰਹੇ ਸੀ, ਮੈਂ ਵਿੱਚੋਂ ਟੋਕਿਆ ਸੀ ਕਿ ਸੰਸਕਾਰਿਤ ਭੋਜਨ ਦੇ ਵਿੱਚ ਮੈਂ ਚਾਹਾਂਗੀ ਕਿ ਉਹਨੂੰ ਡਿਟੇਲ ਦੇ ਵਿੱਚ ਕਰ ਲਿਆ ਜਾਏ। ਜੇ ਅੱਜ ਕਵਰ ਅਪ ਹੋ ਜਾਏਗਾ ਠੀਕ ਹੈ, ਨਹੀਂ ਫਿਰ ਇੱਕ ਵੱਖਰਾ ਚੈਪਟਰ ਉਹਦਾ ਕਰ ਸਕਦੇ ਹਾਂ ਕਿ ਕਿਹੜੇ ਭੋਜਨ ਨੂੰ ਕਿਸ ਤਰ੍ਹਾਂ ਸੰਸਕਾਰਿਤ ਕਰਨਾ ਔਰ ਉਹਦਾ ਮਤਲਬ ਕੀ ਹੈ, ਤੇ ਆਪਾਂ ਕਿਉਂ ਨਾ ਅਗਲੇ ਸਿਧਾਂਤ ਦੀ ਗੱਲ ਕਰੀਏ। ਹਾਂਜੀ, ਉਸ ਤੋਂ ਬਾਅਦ ਆਉਂਦਾ ਹੈ ਕਿ ਮਾਤਰਾ ਪੂਰਵਕ ਜ਼ਰੂਰ ਕਰਨਾ ਚਾਹੀਦਾ। ਮਾਤਰਾ ਪੂਰਵਕ ਦਾ ਮਤਲਬ ਹੈਗਾ ਕਿ ਐਵੇਂ ਹੀ ਨੀ ਫਜ਼ੂਲ ਹੀ ਭਰੀ ਜਾਣਾ ਪੇਟ ਨੂੰ ਭਰੀ ਜਾਣਾ ਜਾਂ ਪੇਟ ਨੂੰ ਖਾਲੀ ਵੀ ਰੱਖ ਦੇਣਾ, ਕਿਉਂਕਿ ਅੱਜ ਕੱਲ੍ਹ ਤੁਸੀਂ ਦੇਖੋ ਬਹੁਤ ਜ਼ਿਆਦਾ ਟ੍ਰੈਂਡ ਹੋ ਗਿਆ, ਲੋਕੀ ਗੱਲਾਂ ਬਾਤਾਂ ਕਰਦੇ ਆ, ਟੀਵੀ ਵੇਖੀ ਜਾਂਦੇ ਆ, ਉਹ ਖਾਈ ਜਾਂਦੇ ਆ, ਅੱਧਾ ਘੰਟਾ ਹੋ ਗਿਆ, ਪੌਣਾ ਘੰਟਾ ਹੋ ਗਿਆ, ਉਹ ਚੱਲਦਾ ਹੀ ਰਹਿੰਦਾ ਖਾਣਾ। ਮਾਤਰਾ ਪੂਰਵਕ ਦਾ ਮਤਲਬ ਇਹ ਹੈ ਕਿ ਓਨਾ ਖਾਣਾ ਖਾਣਾ ਚਾਹੀਦਾ ਜਿੰਨਾ ਸਾਨੂੰ ਕਿਸੇ ਵੀ ਪਰੇਸ਼ਾਨੀ ਤੋਂ ਬਿਨਾਂ ਆਰਾਮ ਨਾਲ ਪਚ ਜਾਏ, ਜਿਹੜਾ ਸਾਡੇ ਸਰੀਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਰੋਗ ਨਾ ਉਤਪੰਨ ਕਰੇ। ਖਾਣ ਤੋਂ ਬਾਅਦ ਤੁਹਾਨੂੰ ਲੱਗੇ ਨਾ ਕਿ ਸਾਡਾ ਹੈਵੀ ਹੋ ਗਿਆ ਜਿੱਦਾਂ ਟਮੀ। ਹਾਂਜੀ, ਸਭ ਤੋਂ ਪਹਿਲੇ ਇਹੀ ਚੀਜ਼ ਹੈ ਕਿ ਖਾਣਾ ਖਾਣ ਤੋਂ ਬਾਅਦ ਸਾਨੂੰ ਇਹ ਨੀ ਲੱਗਣਾ ਚਾਹੀਦਾ ਕਿ ਮੇਰਾ ਸਰੀਰ ਜਿਹੜਾ ਬਹੁਤ ਹੈਵੀ ਹੋ ਗਿਆ, ਮੈਨੂੰ ਉੱਠਣ ਦੇ ਵਿੱਚ ਤਕਲੀਫ ਹੋ ਰਹੀ ਹੈ, ਮੈਨੂੰ ਤੁਰਨ ਦੇ ਵਿੱਚ ਤਕਲੀਫ ਹੋ ਰਹੀ ਹੈ, ਸਾਹ ਲੈਣ ਦੇ ਵਿੱਚ ਔਖ ਹੋ ਰਹੀ ਹੈ। ਜੇਕਰ ਪੇਸ਼ੈਂਟ ਨੂੰ ਇੱਦਾਂ ਲੱਗਦਾ ਕਿ ਉਹਦਾ ਰੋਟੀ ਖਾਣ ਤੋਂ ਬਾਅਦ ਸਾਹ ਲੈਣ ਦੇ ਵਿੱਚ ਔਖ ਹੋ ਰਹੀ ਹੈ, ਉਹਨੂੰ ਤੁਰਨ ਫਿਰਨ ਦੇ ਵਿੱਚ ਔਖ ਹੋ ਰਹੀ ਹੈ, ਕੰਮ ਕਰਨ ਨੂੰ ਜੀ ਨਹੀਂ ਕਰਦਾ, ਬਿਲਕੁਲ ਸੌਣ ਨੂੰ ਜੀ ਕਰ ਰਿਹਾ, ਇਹਦਾ ਮਤਲਬ ਇਹ ਹੈ ਕਿ ਖਾਣਾ ਜ਼ਰੂਰਤ ਨਾਲੋਂ ਥੋੜਾ ਜ਼ਿਆਦਾ ਹੋ ਚੁੱਕਾ। ਕਈਆਂ ਲੋਕਾਂ ਨੂੰ ਤੇ ਅੱਧੀ ਰੋਟੀ ਖਾ ਕੇ ਸੌਣ ਨੂੰ ਦਿਲ ਕਰ ਆਉਂਦਾ, ਇਹਦਾ ਮਤਲਬ ਉਹਨਾਂ ਨੂੰ ਉੱਥੇ ਵੀ ਘੱਟ ਕਰਨਾ ਚਾਹੀਦਾ। ਨਹੀਂ ਫਿਰ ਥੋੜੀ ਪ੍ਰੋਬਲਮ ਹੈ, ਫਿਰ ਡਿਸਕਸ ਕਰਨਾ ਪੈਂਦਾ, ਕਿਉਂਕਿ ਕਈ ਵਾਰੀ ਜਿਹਨੂੰ ਭੁੱਖ ਹੀ ਨਹੀਂ ਲੱਗਦੀ ਹੈ। ਹੁਣ ਜਿਹਨੂੰ ਭੁੱਖ ਹੀ ਨਹੀਂ ਲੱਗਦੀ ਹੈ, ਉਹਦੀ ਕਾਰਨ ਇਹ ਹੈ ਕਿ ਤੁਸੀਂ ਜੇ ਉਹਨਾਂ ਦੀ ਪਿੱਛੇ ਹਿਸਟਰੀ ਲਓਗੇ ਨਾ, ਤੇ ਤੁਸੀਂ ਦੇਖੋਗੇ ਕਿ ਜਦੋਂ ਉਹਨਾਂ ਨੂੰ ਭੁੱਖ ਦਾ ਟਾਈਮ ਸੀਗਾ, ਉਸ ਟਾਈਮ ਉਹਨਾਂ ਨੇ ਖਾਣਾ ਨਹੀਂ ਖਾਧਾ, ਉਹ ਕੰਮ ਦੇ ਵਿੱਚ ਬਿਜ਼ੀ ਸੀਗੇ, ਉਸ ਟਾਈਮ ਸਰੀਰ ਮੰਗਦਾ ਪਿਆ ਸੀਗਾ ਉਹਨਾਂ ਦਾ, ਪਰ ਉਹਨਾਂ ਨੇ ਖਾਣਾ ਖਾਧਾ ਨਹੀਂ। ਤੁਸੀਂ ਹੁਣ ਕਹਿ ਰਹੇ ਹੋ ਕਿ ਬਈ ਹੁਣ ਘੰਟਾ ਬੀਤ ਚੁੱਕਿਆ, ਹੁਣ ਮੈਨੂੰ ਕੋਈ ਖਾਸ ਭੁੱਖ ਨਹੀਂ, ਪਰ ਮੈਂ ਖਾਧਾ ਨਹੀਂ, ਇਸ ਕਰਕੇ ਮੈਂ ਖਾ ਲਾਂ ਕਿਉਂਕਿ ਫਿਰ ਮੈਨੂੰ ਤਾਕਤ ਨਹੀਂ ਮਿਲੇਗੀ, ਤੁਸੀਂ ਇੱਦਾਂ ਕਰਨਾ ਸ਼ੁਰੂ ਕਰ ਦੋਗੇ। ਜੇ ਤੁਸੀਂ ਆਪਣੀ ਭੁੱਖ ਨੂੰ ਨਿਗਲੈਕਟ ਕਰੋਗੇ ਨਾ, ਤੁਸੀਂ ਇਹ ਦੇਖੋਗੇ ਕਿ ਜੇ ਤੁਸੀਂ 3 ਰੋਟੀਆਂ ਖਾਂਦੇ, ਤੁਸੀਂ 3 ਦੀ ਥਾਂ 2 ਰੋਟੀਆਂ ਖਾਓਗੇ ਨਾ, ਖਾਣ ਵਾਲੇ ਟਾਈਮ ਦੇ ਵਿੱਚ ਥੋੜੇ ਦਿਨਾਂ ਬਾਅਦ ਤੁਹਾਡੀ ਬੋਡੀ ਤੁਹਾਨੂੰ 2 ਰੋਟੀਆਂ ਦੀ ਹੀ ਮੰਗ ਕਰੂਗੀ, ਉਸ ਤੋਂ ਜ਼ਿਆਦਾ ਨਹੀਂ ਮੰਗੂਗੀ। ਦੋ ਤੋਂ ਬਾਅਦ ਤੁਸੀਂ ਕਹੋਗੇ ਯੂ ਆਰ ਸੈਟੀਸਫਾਈਡ। ਸੇਮ ਪ੍ਰੋਸੈਸ ਇੱਦਾਂ ਹੈ ਕਿ ਜੇ ਅੱਧੀ ਰੋਟੀ ਖਾਣ ਤੋਂ ਬਾਅਦ ਤੁਹਾਨੂੰ ਭੁੱਖ ਖਤਮ ਹੋ ਗਿਆ, ਤਾਂ ਮਤਲਬ ਇਹ ਹੈ ਕਿ ਤੁਹਾਡੇ ਡਾਈਜੈਸਟਿਵ ਜੂਸਿਸ ਜਿਹੜੇ ਨਿਕਲ ਰਹੇ ਨੇ ਡਾਈਜੈਸ਼ਨ ਕਰਨ ਵਾਸਤੇ, ਉਹ ਹੁਣ ਇਮਪ੍ਰੋਪਰ ਹੋ ਚੁੱਕੇ ਨੇ, ਤੁਹਾਨੂੰ ਉਸ ਚੀਜ਼ ਵਾਸਤੇ ਥੋੜਾ ਜਿਹਾ ਧਿਆਨ ਦੇਣਾ ਪਊਗਾ ਤਾਂ ਕਿ ਉਹ ਵਾਪਸ ਠੀਕ ਹੋਣ, ਨਹੀਂ ਤਾਂ ਇਹ ਪ੍ਰੋਬਲਮ ਫਿਰ ਤੁਹਾਨੂੰ ਅੱਗੇ ਮਾਲ ਨਿਊਟ੍ਰੀਸ਼ਨ ਜਾਂ ਜਿਵੇਂ ਆਪਾਂ ਕਹਿ ਸਕਦੇ ਹਾਂ ਥਿਨ ਬੋਡੀ ਹੋ ਜਾਏਗੀ, ਡੈਫੀਸ਼ੀਐਂਸੀਜ਼ ਹੋ ਜਾਣਗੀਆਂ, ਨਿਊਟ੍ਰੀਸ਼ਨਲ ਡੈਫੀਸ਼ੀਐਂਸੀਜ਼ ਹੋ ਜਾਣਗੀਆਂ, ਅੱਗੇ ਪ੍ਰੋਬਲਮਸ ਆਉਣਗੀਆਂ, ਇਸ ਕਰਕੇ ਉੱਥੇ ਥੋੜਾ ਸਾਨੂੰ ਧਿਆਨ ਦੇਣਾ ਚਾਹੀਦਾ। ਪਰ ਡਾਕਟਰ ਸਾਹਿਬ ਇਹ ਵੀ ਦੇਖਿਆ ਗਿਆ ਕਿ ਕਈ ਲੋਕਾਂ ਨੇ ਗਿਣਤੀ ਕਰਨੀ ਹੁੰਦੀ ਹੈ, ਉਹਨਾਂ ਨੇ ਕਹਿਣਾ ਸੀ 2 ਰੋਟੀਆਂ ਹੀ ਖਾਣੀਆਂ, ਹੁਣ ਉਹ ਕਈ ਵਾਰੀ ਹੁੰਦਾ ਕਿ ਜਿਹਦਾ ਪੇੜਾ ਵੱਡਾ ਵੀ ਹੋ ਸਕਦਾ ਛੋਟਾ ਵੀ ਹੋ ਸਕਦਾ, ਪਰ ਉਹਨਾਂ ਨੇ ਗਿਣਤੀ ਕਰਕੇ ਖਾਣਾ, ਔਰ ਬੜਾ ਹਾਸੋਹੀਣਾ ਹੋ ਜਾਂਦਾ ਕਿ ਜੇ ਤੁਸੀਂ ਪੇੜਾ ਵੱਡਾ ਰੱਖ ਕੇ ਦੇਖ ਦਿਓ। ਅਕਸਰ ਮਾਵਾਂ ਜਿਵੇਂ ਬੱਚਿਆਂ ਨਾਲ ਕਰਦੀਆਂ ਕਿ ਠੀਕ ਹੈ ਨਾ, ਇੱਕ ਪਰੌਂਠੀ ਗਿਣ ਕੇ ਖਾਣੀ ਹੈ ਤੇ ਆਪਾਂ ਪੇੜਾ ਵੱਡਾ ਕਰ ਦਈਏ। ਵੈਸੇ ਕੇਸ ਵਿੱਚ ਆਪਾਂ ਕੀ ਕਹਿਣਾ ਚਾਹਾਂਗੇ ਕਿ ਨਹੀਂ ਗਿਣਤੀ ਵੱਲ ਨਹੀਂ, ਅਸੀਂ ਆਪਣੇ ਉਹਦੇ ਵੱਲ ਦੇਖਣਾ ਕਿ ਮੇਰਾ ਕਿੰਨਾ ਹੈਵੀ, ਮੈਨੂੰ ਕਿਸ ਤਰ੍ਹਾਂ ਫੀਲ ਹੋ ਰਿਹਾ। ਕੇਸ ਦੇ ਵਿੱਚ ਇੱਦਾਂ ਗੱਲ ਹੈਗੀ ਹੈ ਕਿ ਜੇ ਆਪਾਂ ਖਾਣਾ ਖਾਂਦੇ ਹਾਂ ਤੇ ਜੇ ਖਾਣਾ ਖਾਣ ਤੋਂ ਬਾਅਦ ਮੈਨੂੰ ਲੱਗਦਾ ਕਿ ਮੈਂ ਬਿਲਕੁਲ ਠੀਕ ਮਹਿਸੂਸ ਕਰ ਰਿਹਾ, ਮੈਂ ਆਪਣਾ ਕੰਮ ਕਰ ਸਕਦਾ, ਮੈਨੂੰ ਕੋਈ ਥਕਾਵਟ ਨਹੀਂ ਹੋ ਰਹੀ ਹੈ, ਖਾਣਾ ਖਾਣ ਤੋਂ ਬਾਅਦ ਕੋਈ ਹੈਵੀਨੈਸ ਨਹੀਂ ਹੋ ਰਹੀ ਹੈ, ਮੇਰੇ ਸਾਰੇ ਪ੍ਰਤੀ ਜਿਹੜੇ ਜਿਵੇਂ ਆਪਾਂ ਕਹਿੰਦੇ ਹਾਂ ਕਿ ਮਲ ਮੂਤਰ ਵਾਯੂ ਦੇ ਵੇਗ ਜਿਹੜੇ ਹੋਣੇ ਚਾਹੀਦੇ ਨੇ ਉਹ ਸਾਰੇ ਆਰਾਮ ਨਾਲ ਹੋ ਰਹੇ ਨੇ, ਆਰਾਮ ਨਾਲ ਲੈਟਰਿੰਗ ਆ ਜਾਂਦੀ ਹੈ, ਕਬਜ਼ ਨਹੀਂ ਰਹਿੰਦੀ ਹੈ, ਜ਼ੋਰ ਨਹੀਂ ਲਗਾਉਣਾ ਪੈਂਦਾ, ਪਿਸ਼ਾਬ ਠੀਕ ਨਿਕਲ ਜਾਂਦਾ, ਗੈਸ ਨਿਕਲ ਜਾਂਦੀ ਹੈ ਚੰਗੀ ਤਰ੍ਹਾਂ, ਡਕਾਰ ਆ ਜਾਂਦੇ ਨੇ ਚੰਗੀ ਤਰ੍ਹਾਂ, ਜੇ ਸਾਰੀਆਂ ਚੀਜ਼ਾਂ ਨਾਰਮਲ ਹੋ ਜਾਂਦੀਆਂ ਨੇ ਇਹਦਾ ਮਤਲਬ ਇਹ ਹੈ ਕਿ ਤੁਹਾਡੀ ਡਾਈਜੈਸ਼ਨ ਪ੍ਰੋਪਰ ਹੈ, ਤੁਸੀਂ ਜੋ ਖਾਣਾ ਖਾ ਰਹੇ ਜਿੰਨੇ ਅਮਾਊਂਟ ਦੇ ਵਿੱਚ ਖਾ ਰਹੇ ਹੋ ਤੁਹਾਡੇ ਲਈ ਬੈਨੀਫਿਸ਼ੀਅਲ ਹੈ, ਉਹਨੂੰ ਵਧਾਉਣ ਦਾ ਘਟਾਉਣ ਦੀ ਲੋੜ ਨਹੀਂ ਹੈ। ਤੇ ਇਹ ਕਿੱਦਾਂ ਅਸੀਂ ਡਿਸਾਈਡ ਕਰਦੇ ਹਾਂ ਕਿ ਕਦੋਂ ਕਰਨਾ ਹੈ, ਜਿਵੇਂ ਅਸੀਂ ਸਵੇਰ ਦਾ ਖਾ ਚੁੱਕੇ ਹਾਂ, ਦੁਪਹਿਰ ਦਾ ਕਦੋਂ ਖਾਣਾ ਹੈ, ਦੁਪਹਿਰ ਦਾ ਖਾ ਚੁੱਕੇ ਹਾਂ, ਰਾਤ ਦਾ ਕਦੋਂ ਖਾਣਾ? ਜਦੋਂ ਆਪਾਂ ਖਾਣਾ ਖਾਂਦੇ ਹਾਂ, ਖਾਣਾ ਖਾਣ ਤੋਂ ਬਾਅਦ ਆਪਾਂ ਕਈ ਵਾਰੀ ਕੀ ਹੁੰਦਾ ਕਿ ਬਾਜ਼ਾਰ ਗਏ, ਪੰਜਾਬ ਦੇ ਵਿੱਚ ਬਹੁਤ ਹੀ ਜ਼ਿਆਦਾ ਕਲਚਰ ਰਹਿਣਾ ਕਿ ਬਾਜ਼ਾਰ ਕੋਈ ਕੁਲਚੇ ਛੋਲੇ ਆ ਗਏ ਤੇ ਚਲੋ ਉਹ ਵੀ ਖਾ ਲਏ, ਥੋੜ੍ਹੀ ਦੇਰ ਬਾਅਦ ਕੋਈ ਮੱਠੀ ਵਾਲਾ ਆ ਗਿਆ ਚਲੋ ਉਹ ਵੀ ਖਾ ਲਓ, ਉਹ ਭੁੱਖ ਨਹੀਂ ਦੇਖਦੇ ਆ, ਉਹ ਆਪਣੀ ਜੀਭ ਦਾ ਸਵਾਦ ਦੇਖਦੇ ਆ। ਜਿਹੜੇ ਲੋਕੀ ਇਹ ਕਰਦੇ ਆ ਨਾ, ਉਹਨਾਂ ਦੇ ਸਰੀਰ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਆਉਂਦੀਆਂ, ਤੇ ਇਸ ਕਰਕੇ ਪਹਿਲੇ ਦਾ ਭੋਜਨ ਜਦੋਂ ਪਚ ਜਾਂਦਾ ਨਾ, ਉਸੇ ਟਾਈਮ ਸਾਨੂੰ ਜਿਹੜਾ ਦੁਬਾਰਾ ਭੋਜਨ ਕਰਨਾ ਚਾਹੀਦਾ। ਹੁਣ ਇਹ ਕਿੱਦਾਂ ਪਤਾ ਲੱਗਦਾ? ਜਦੋਂ ਤੁਹਾਡੇ ਸਰੀਰ ਦੇ ਵਿੱਚ ਭੁੱਖ ਲੱਗਣੀ ਸ਼ੁਰੂ ਹੋ ਜਾਂਦੀ ਹੈ, ਜਦੋਂ ਤੁਹਾਨੂੰ ਲੱਗਦਾ ਕਿ ਵੀ ਮੇਰੇ ਸਰੀਰ ਦੇ ਵਿੱਚ ਹੁਣ ਥੋੜੀ ਕਮਜ਼ੋਰੀ ਮਹਿਸੂਸ ਹੋ ਰਹੀ ਹੈ, ਜਾਂ ਮੈਨੂੰ ਹੁਣ ਲੱਗ ਰਿਹਾ ਕਿ ਮੈਨੂੰ ਕੁਝ ਖਾਣਾ ਚਾਹੀਦਾ, ਜਦੋਂ ਖਾਣ ਦੀ ਇੱਛਾ ਅੰਦਰੋਂ ਆਏ ਤਾਂ ਹੀ ਸਾਨੂੰ ਖਾਣਾ ਚਾਹੀਦਾ। ਜਦੋਂ ਸਾਨੂੰ ਇੱਦਾਂ ਲੱਗਦਾ ਕਿ ਸ਼ੁੱਧ ਡਕਾਰ ਆ ਚੁੱਕੀ ਹੈ, ਛਾਤੀ ਦੇ ਵਿੱਚ ਕੋਈ ਭਾਰ ਨਹੀਂ ਹੈ, ਗੈਸ ਨਿਕਲ ਚੁੱਕੀ,
ਜਿਨ੍ਹਾਂ ਦਾ ਕੋਈ ਮੈਚ ਨਹੀਂ ਬਣਦਾ ਤੇ ਬਣਨਾ ਨਹੀਂ ਚਾਹੀਦਾ, ਉਹ ਸਾਨੂੰ ਮਿਲਾ ਕੇ ਨਹੀਂ ਖਾਣੇ ਇੱਕੋ ਟਾਈਮ ਤੇ, ਉਹਨਾਂ ਨੂੰ ਨਹੀਂ ਖਾਣਾ ਚਾਹੀਦਾ। ਜਿੱਦਾਂ ਕਿ ਆਪਾਂ ਦੇਖਦੇ ਹਾਂ ਕਿ ਦੁੱਧ ਤੇ ਮੱਛਲੀ ਦਾ ਇਸਤੇਮਾਲ ਕਰਦੇ ਹਾਂ, ਜਿਵੇਂ ਪੁਰਾਣੀ ਕਹਾਵਤ ਬਣੀ ਹੈ ਜਿਹਨਾਂ ਨਾਲ ਇਹ ਹੋ ਜਾਂਦਾ ਫੁਲਗੈਰੀ ਜਾਂ ਕੁਛ ਚਮੜੀ ਰੋਗ ਹੋ ਜਾਂਦੇ ਨੇ। ਖੱਟੀਆਂ ਚੀਜ਼ਾਂ ਦਾ ਇਸਤੇਮਾਲ ਕਦੀ ਵੀ ਸਾਨੂੰ ਦੁੱਧ ਦੇ ਨਾਲ ਨਹੀਂ ਕਰਨਾ ਚਾਹੀਦਾ, ਸ਼ਹਿਦ ਦਾ ਇਸਤੇਮਾਲ ਸਾਨੂੰ ਗਰਮ ਕਰਕੇ ਕਦੀ ਨਹੀਂ ਕਰਨਾ ਚਾਹੀਦਾ। ਉਹਨੂੰ ਅਗਰ ਥੋੜਾ ਪਿਘਲਾਉਣਾ ਤਾਂ ਮਤਲਬ ਇਨਡਾਇਰੈਕਟ ਕਰ ਸਕਦੇ ਹਾਂ ਅਸੀਂ ਕੋਸੇ ਪਾਣੀ ਦੇ ਵਿੱਚ ਬਰਤਨ ਰੱਖ ਕੇ। ਹਾਂਜੀ, ਡਾਇਰੈਕਟ ਹੀਟ ਨਹੀਂ ਕਰਨਾ, ਡਾਇਰੈਕਟ ਹੀਟ ਤਾਂ ਬਿਲਕੁਲ ਨਹੀਂ ਨਾ ਦੇਣੀ। ਆਪਾਂ ਤੇ ਰਿਕਮੈਂਡ ਕਰਦੇ ਹਾਂ ਕਿ ਬਈ ਜਿਹੜਾ ਸ਼ਹਿਦ ਹੈ ਉਹਨੂੰ ਤਾਂ ਬਿਲਕੁਲ ਗਰਮ ਕਰਨਾ ਹੀ ਨਹੀਂ ਹੈ, ਕਿਉਂਕਿ ਉਹ ਜਦੋਂ ਗਰਮ ਹੋਏਗਾ ਉਹਦੇ ਗੁਣੇ ਬਿਲਕੁਲ ਬਦਲ ਜਾਂਦੇ ਨੇ, ਉਹ ਠੀਕ ਨਹੀਂ ਰਹਿੰਦਾ ਬਾਡੀ। ਲੇਕਿਨ ਅੱਜ ਕੱਲ੍ਹ ਇੱਕ ਜੋ ਟ੍ਰੈਂਡ ਚੱਲਿਆ ਐਡਵਰਟਾਈਜ਼ਮੈਂਟ 'ਚ ਵੀ ਆਉਂਦਾ ਜਦੋਂ ਸ਼ਹਿਦ ਦੀ ਐਡ ਆਉਂਦੀ ਹੈ ਕਿਵੇਂ ਵੀ, ਉਹ ਦੱਸਦੇ ਆ ਕਿ ਜੇ ਗਰਮ ਪਰੌਂਠਾ ਹੈ ਤੇ ਉਹਦੇ ਉੱਪਰ ਤੁਸੀਂ ਲਗਾ ਲਓ, ਗਰਮ ਬ੍ਰੈਡ ਟੋਸਟ ਕਰਕੇ ਉਹਦੇ ਉੱਪਰ ਲਗਾ ਲਓ, ਕਿ ਇਸ ਤਰ੍ਹਾਂ ਗਰਮ ਕੀਤੀਆਂ ਹੋਈਆਂ ਚੀਜ਼ਾਂ ਦੇ ਉੱਪਰ ਅਸੀਂ ਲਗਾ ਸਕਦੇ ਹਾਂ, ਜਾਂ ਈਵਨ ਕੁਝ ਡਿਸ਼ਿਜ਼ ਹੈ ਕੇਕਸ ਆਰ ਉਹਨਾਂ ਦੇ ਵਿੱਚ ਮਿਕਸ ਕਰਕੇ ਉਸ ਤੋਂ ਬਾਅਦ ਉਹਨੂੰ ਓਵਨ ਦੇ ਵਿੱਚ ਰੱਖ ਰਹੇ ਹਾਂ। ਬਿਲਕੁਲ ਨਹੀਂ, ਜੇ ਤੁਸੀਂ ਓਵਨ ਦੇ ਵਿੱਚ ਰੱਖ ਰਹੇ ਹੋ ਜਾਂ ਮਾਈਕ੍ਰੋਵੇਵ ਦੇ ਵਿੱਚ ਯੂਜ਼ ਕਰ ਰਹੇ ਹੋ, ਮੈਂ ਵੀ ਬਹੁਤ ਦੇਖ ਰਿਹਾ ਸੀਗਾ ਕਿ ਸ਼ਹਿਦ ਨੂੰ ਗਰਮ ਕਰਕੇ ਜਿਹੜੀ ਆਪਾਂ ਡਿਸ਼ਿਜ਼ ਬਣਾ ਰਹੇ ਨੇ ਉਹਦੇ ਵਿੱਚ ਹੀ ਸ਼ਹਿਦ ਪਾ ਦਿੱਤਾ ਜਾਂਦਾ, ਬਟ ਆਯੁਰਵੇਦ ਇਸ ਚੀਜ਼ ਨੂੰ ਬਿਲਕੁਲ ਨਹੀਂ ਮੰਨਦਾ। ਉਹ ਕਹਿੰਦਾ ਕਿ ਨਹੀਂ, ਇਹ ਜਿਹੜਾ ਹੈ ਸਾਡੇ ਸਰੀਰ ਦੇ ਲਈ ਟੌਕਸਿਨ ਪੈਦਾ ਕਰਦਾ। ਜੀ ਮਤਲਬ ਗਰਮ ਪਰੌਂਠੀ ਵਗੈਰਾ ਵੀ ਨਹੀਂ ਖਾਣਾ, ਜਿਹੜਾ ਅਸੀਂ ਜਿਵੇਂ ਮੋਟਾਪੇ ਵਾਸਤੇ ਵੀ ਕਹਿੰਦੇ ਕਿ ਕੋਸੇ ਪਾਣੀ ਦੇ ਵਿੱਚ ਮਿਕਸ ਕਰਕੇ ਖਾ ਸਕਦੇ ਹਾਂ। ਹਾਂ, ਉਹ ਕਰ ਸਕਦੇ ਹਾਂ, ਬਟ ਉਹ ਵੀ ਜਿਹੜਾ ਵਾਟਰ ਹੈ ਬਿਲਕੁਲ ਠੰਡੇ ਵਾਲੀ ਸਾਈਡ ਤੇ ਹੋਣਾ ਚਾਹੀਦਾ, ਇੰਨਾ ਵੀ ਗਰਮ ਨਹੀਂ ਹੋਣਾ ਚਾਹੀਦਾ। ਬਿਲਕੁਲ ਲਿਊਕਵਾਰਮ ਜਿਹਨੂੰ ਕਹਿ ਸਕਦੇ ਹੋ ਉਸ ਤਰਫ ਹੋਣਾ ਚਾਹੀਦਾ, ਲਿਊਕਵਾਰਮ ਦਾ ਵੀ ਬਿਲਕੁਲ ਨਾਰਮਲ ਵਾਟਰ ਤੇ ਆ ਜਾਏ, ਉਹਦੇ ਵਿੱਚ ਤੁਸੀਂ ਸ਼ਹਿਦ ਪਾ ਕੇ ਲਓਗੇ ਉਹ ਠੀਕ ਹੈ। ਇੱਕ ਬੀਕ ਦੇ ਵਿੱਚ ਜਿਹਨੂੰ ਤੁਸੀਂ ਪੀ ਸਕਦੇ ਹੋ ਨਾ, ਉਸ ਪਾਣੀ ਦੇ ਵਿੱਚ ਤੁਸੀਂ ਇਹਨੂੰ ਸ਼ਹਿਦ ਨੂੰ ਮਿਲਾ ਕੇ ਲੈ ਸਕਦੇ। ਅਦਰਵਾਈਜ਼ ਜੇ ਸ਼ਹਿਦ ਲੈਣਾ ਹੀ ਹੈ ਨਾ, ਤਾਂ ਆਪਾਂ ਰਿਕਮੈਂਡ ਕਰਦੇ ਹਾਂ ਕਿ ਠੰਡੀਆਂ ਚੀਜ਼ਾਂ ਦੇ ਵਿੱਚ ਪਾ ਕੇ ਲਓ, ਜਿੱਦਾਂ ਕਿ ਤੁਸੀਂ ਕਸਟਰਡ ਦੇ ਵਿੱਚ ਲੈ ਸਕਦੇ ਹੋ, ਮਿੱਠੀ ਲੱਸੀ ਦੇ ਵਿੱਚ ਲੈ ਸਕਦੇ ਹੋ, ਇਹ ਚੀਜ਼ਾਂ ਦੇ ਵਿੱਚ ਪਾ ਕੇ ਤੁਸੀਂ ਸ਼ਹਿਦ ਲਓਗੇ, ਫਿਰ ਪ੍ਰੋਬਲਮ ਨਹੀਂ ਕਰਦਾ। ਗਰਮ ਚੀਜ਼ ਦੇ ਉੱਤੇ ਸ਼ਹਿਦ ਪਾ ਕੇ ਬਿਲਕੁਲ ਨਹੀਂ ਲੈਣਾ ਚਾਹੀਦਾ। ਤੇ ਜਿਵੇਂ ਕਈ ਲੋਕ ਪਰੌਂਠੀ ਦੇ ਨਾਲ ਦੁੱਧ ਵਗੈਰਾ ਲੈਂਦੇ ਆ। ਹਾਂਜੀ, ਪਰੌਂਠੇ ਦੇ ਨਾਲ ਦੁੱਧ ਲੈਣਾ ਵੀ ਜਿਹੜਾ ਹੈ ਨਾ, ਦੁੱਧ ਇਟਸੈਲਫ ਇਜ਼ ਅ ਕੰਪਲੀਟ ਡਾਈਟ। ਦੁੱਧ ਨੂੰ ਦੱਸਿਆ ਜਾਂਦਾ ਕਿ ਉਹਦੇ ਵਿੱਚ ਸਾਰੀਆਂ ਚੀਜ਼ਾਂ ਨੇ ਆਇਰਨ ਕੰਟੈਂਟ ਛੱਡ ਗਏ, ਇਸ ਕਰਕੇ ਦੱਸਿਆ ਜਾਂਦਾ ਕਿ ਇਹਨੂੰ ਲੋਹੇ ਦੀ ਕੜਾਈ ਦੇ ਵਿੱਚ ਉਬਾਲ ਕੇ ਲਓ ਤੇ ਉਹਦੇ ਵਿੱਚ ਜਿਹੜਾ ਆਇਰਨ ਕੰਟੈਂਟ ਹੈ ਉਹ ਵੀ ਆ ਜਾਏਗਾ। ਠੀਕ ਹੈ, ਪੁਰਾਣੇ ਬਜ਼ੁਰਗ ਹਮੇਸ਼ਾ ਹੀ ਕਹਿੰਦੇ ਸੀਗੇ ਕਿ ਦੁੱਧ ਲੈਣਾ ਤੇ ਲੋਹੇ ਦੀ ਕੜਾਈ ਦੇ ਵਿੱਚ ਉਬਾਲ ਕੇ ਲਓ, ਕਿਉਂਕਿ ਇਹਨਾਂ ਨੂੰ ਸ਼ਾਇਦ ਇਹ ਚੀਜ਼ ਦਾ ਪਤਾ ਸੀਗਾ ਕਿ ਸਿਰਫ ਇਹਦੇ ਵਿੱਚ ਲੋਹਾ ਹੀ ਨਹੀਂ ਹੈ, ਬਾਕੀ ਸਾਰੀਆਂ ਚੀਜ਼ਾਂ ਹੈਗੀਆਂ ਜੋ ਸਾਡੇ ਸਰੀਰ ਵਾਸਤੇ ਜ਼ਰੂਰੀ ਨੇ। ਤੇ ਜਦੋਂ ਆਪਾਂ ਇਹ ਲੈਂਦੇ ਹਾਂ ਨਾ, ਇਹ ਹੈਵੀ ਟੂ ਡਾਈਜੈਸਟ ਹੋ ਜਾਂਦਾ, ਖਾਣੇ ਪਚਣ ਦੇ ਵਿੱਚ ਥੋੜਾ ਜ਼ਿਆਦਾ ਸਮਾਂ ਲੈਂਦਾ, ਜਿਹਦੇ ਕਰਕੇ ਇੱਦਾਂ ਲੱਗਦਾ ਹੈ ਕਿ ਬਈ ਭੁੱਖ ਜਿਹੜੀ ਹੈ ਲੇਟ ਲੱਗਦੀ ਹੈ। ਬਹੁਤ ਸਾਰੇ ਜਿਹੜੇ ਪੇਰੈਂਟਸ ਨੇ ਆਪਣੇ ਬੱਚਿਆਂ ਨੂੰ ਦੁੱਧ ਪਰਾਂਠਾ ਇਸ ਕਰਕੇ ਦੇ ਦਿੰਦੇ ਕਿਉਂਕਿ ਉਹਨਾਂ ਨੂੰ ਪਤਾ ਕਿ ਬਈ ਇੰਨੀ 2-3 ਵਜੇ ਆਣਾ, ਭੁੱਖ ਲੱਗੇਗੀ ਤੇ ਫਿਰ ਕੀ ਖਾਊਗਾ, ਰਿਸੈਸ ਦੇ ਵਿੱਚ ਲੈ ਜਾਏਗਾ ਤੇ ਕਈ ਵਾਰੀ ਬੱਚੇ ਟਿਫਨ ਖਾ ਕੇ ਨਹੀਂ ਆਉਂਦੇ, ਤੇ ਇਸ ਕਰਕੇ ਦੁੱਧ ਪਰਾਂਠਾ ਦੇ ਦਿੰਦੇ। ਬਟ ਆਈਡੀਅਲੀ ਜੋ ਆਯੁਰਵੇਦ ਦੇ ਅਕੋਰਡਿੰਗ ਆਪਾਂ ਦੇਖਦੇ ਹਾਂ ਨਾ ਕਿ ਸ਼ੇਰ ਦੇ ਟਾਈਮ ਤੇ ਛਾਛ ਦੇਣੀ ਚਾਹੀਦੀ ਹੈ, ਕਿਉਂਕਿ ਜੋ ਦੁੱਧ ਦਾ ਟਾਈਮ ਦੱਸਿਆ ਗਿਆ ਉਹ ਰਾਤ ਨੂੰ ਦੱਸਿਆ ਗਿਆ। ਦੁੱਧ ਦਾ ਟਾਈਮ ਰਾਤ ਨੂੰ ਨਿੱਘਾ? ਹਾਂਜੀ ਹਾਂਜੀ, ਦੁੱਧ ਲੈਣ ਵਾਸਤੇ ਦੱਸਿਆ ਗਿਆ ਕਿ ਦੁੱਧ ਰਾਤ ਨੂੰ ਲੈਣਾ ਚਾਹੀਦਾ, ਛਾਛ ਸਵੇਰ ਨੂੰ ਲੈਣੀ ਚਾਹੀਦੀ ਹੈ, ਤੇ ਜੇ ਤੁਸੀਂ ਕੋਈ ਜੂਸਿਸ ਲੈਣੇ ਨੇ ਉਹ ਦੁਪਹਿਰ ਨੂੰ ਤੁਸੀਂ ਲੈ ਸਕਦੇ ਹੋ। ਲੱਸੀ ਸਵੇਰੇ ਪੀਣੀ ਹੈ, ਦੁੱਧ ਰਾਤ ਨੂੰ ਪੀਣਾ, ਔਰ ਜਿਹੜਾ ਤੁਸੀਂ ਜੂਸ ਕਿਹਾ ਉਹ ਦੁਪਹਿਰ ਨੂੰ ਖਾਣਾ ਲੈ ਸਕਦੇ ਹੋ। ਉਹ ਦੁਪਹਿਰ ਦੀ ਸਵੇਰ ਦੀ ਅਗਰ ਪਰੌਂਠੀ ਲੈਣੀ ਹੈ ਤਾਂ ਉਹਦੇ ਨਾਲ ਤੁਸੀਂ ਲੱਸੀ ਲੈ ਸਕਦੇ ਹੋ। ਤੇ ਲੱਸੀ ਦੀ ਜਦੋਂ ਤੁਸੀਂ ਗੱਲ ਕਰ ਰਹੇ ਹੋ, ਚਾਟੀ ਦੀ ਲੱਸੀ ਦੀ ਗੱਲ ਕਰ ਰਹੇ ਹੋ ਨਾ ਤੁਸੀਂ, ਜਿਹੜਾ ਅੱਜ ਕੱਲ ਮਿੱਠਾ ਪਾ ਕੇ ਦਹੀਂ ਤੋਂ ਡਾਇਰੈਕਟ ਪਾਣੀ ਪਾ ਕੇ ਬਣਾਉਂਦੇ ਆ ਚਰਨ ਕਰਕੇ ਉਹ? ਹਾਂਜੀ ਬਿਲਕੁਲ, ਉਹ ਦੱਸਿਆ ਗਿਆ ਕਿ ਜੇ ਤੁਸੀਂ ਦਹੀਂ ਲਓ, ਨਹੀਂ ਤਾਂ 4 ਗੁਣਾ ਪਾਣੀ ਲੈ ਲਓ, ਉਹਨੂੰ ਚੰਗੀ ਤਰ੍ਹਾਂ ਮੱਥ ਲਓ, ਉਸ ਤੋਂ ਬਾਅਦ ਉਹਦੇ ਵਿੱਚ ਤੁਸੀਂ ਭੁਨਿਆ ਜੀਰਾ, ਕਾਲੀ ਮਿਰਚ ਤੇ ਕਾਲਾ ਨਮਕ, ਇਹ ਤਿੰਨੋਂ ਚੀਜ਼ਾਂ ਪਾ ਕੇ ਜੇ ਉਹਨੂੰ ਲਓ। ਕਿੰਨਾ ਰੱਖ ਲਈ ਰੈਸਿਪੀਜ਼ ਦਾ? ਬਿਲਕੁਲ ਜ਼ਰੂਰ, ਇੰਟਰਸਟਿੰਗ ਰਹੇਗਾ। ਹਾਂਜੀ ਹਾਂਜੀ, ਤੇ ਡਾਕਟਰ ਇਹ ਤਾਂ ਕੁਝ ਚੀਜ਼ਾਂ ਨੇ ਜਿਹੜੀਆਂ ਆਪਾਂ ਗਿਣਾਈਆਂ ਨੇ ਕਿ ਇਨਕੰਪੈਟੀਬਲ ਡਾਈਟਸ ਦੇ ਵਿੱਚ ਹੋ ਸਕਦਾ ਯਾਦ ਰਹਿ ਜਾਣ ਜਾਂ ਨਹੀਂ ਯਾਦ ਰਹਿ ਜਾਣ, ਬਟ ਇੱਕ ਕੋਈ ਇਨ ਜਨਰਲ ਫਾਰਮੂਲਾ ਹੈਗਾ ਕਿ ਜਿਹੜਾ ਸਾਨੂੰ ਪਤਾ ਹੋਵੇ ਕਿ ਠੀਕ ਹੈ ਇਹਦੇ ਨਾਲ ਇਹ ਨਹੀਂ ਖਾਣਾ ਚਾਹੀਦਾ, ਇਹਦੇ ਨਾਲ ਇਹ ਨਹੀਂ ਖਾਣਾ ਚਾਹੀਦਾ, ਜਾਂ ਫਿਰ ਜੇ ਲੰਬਾ ਚੈਪਟਰ ਤਾਂ ਫਿਰ ਆਪਾਂ ਨੈਕਸਟ ਟਾਈਮ ਡਿਸਕਸ ਕਰ ਸਕਦੇ ਹਾਂ? ਇਹਦੇ ਵਿੱਚ ਤਾਂ ਬਹੁਤ ਸਾਰੀਆਂ ਚੀਜ਼ਾਂ ਨੇ। ਸਿੰਪਲ ਜੀ ਚੀਜ਼ ਮੈਂ ਤਾਂ ਦੱਸ ਦਿੰਦਾ ਕਿ ਬਈ ਖੱਟੀਆਂ ਚੀਜ਼ਾਂ ਦੇ ਨਾਲ ਦੁੱਧ ਤਾਂ ਨਹੀਂ ਲੈਣਾ, ਸਾਰਿਆਂ ਨੂੰ ਹੀ ਪਤਾ ਰਹਿੰਦਾ। ਹੈਵੀ ਚੀਜ਼ਾਂ ਦੇ ਨਾਲ ਤੁਸੀਂ ਹੈਵੀ ਚੀਜ਼ਾਂ ਲਓਗੇ, ਜਿੱਦਾਂ ਦੁੱਧ ਤੇ ਪਨੀਰ ਇਕੱਠਾ ਲੈ ਲਓਗੇ ਤਾਂ ਵੀ ਤੁਹਾਨੂੰ ਡਾਈਜੈਸ਼ਨ ਦੇ ਵਿੱਚ ਥੋੜਾ ਜਿਹਾ ਜ਼ਿਆਦਾ ਲੰਬਾ ਟਾਈਮ ਲਊਗਾ, ਤੇ ਜਿਨ੍ਹਾਂ ਦੀ ਡਾਈਜੈਸ਼ਨ ਵੀਕ ਹੈ ਉਹਨਾਂ ਨੂੰ ਪ੍ਰੋਬਲਮ ਕਰੇਗਾ। ਇੱਕ ਆਪਾਂ ਮੈਦੇ ਦੀਆਂ ਚੀਜ਼ਾਂ ਬਹੁਤ ਲੈਂਦੇ ਹਾਂ, ਸਾਡੇ ਟ੍ਰੈਡੀਸ਼ਨ ਦੇ ਵਿੱਚ ਅੱਜ ਮੈਦਾ ਜਿਹੜਾ ਬਹੁਤ ਜ਼ਿਆਦਾ ਹੀ ਆ ਚੁੱਕਾ। ਮੈਂ ਕੋਸ਼ਿਸ਼ ਕਰਦਾ ਕਿ ਐਡਵਾਈਸ ਕੀਤਾ ਜਾਏ ਆਪਣੇ ਪੇਸ਼ੈਂਟ ਨੂੰ ਮੈਦੇ ਦੀ ਚੀਜ਼ ਨੂੰ ਘੱਟ ਤੋਂ ਘੱਟ ਇਸਤੇਮਾਲ ਕੀਤਾ ਜਾਏ, ਉਹਦੀ ਟੇਸਟ ਵਾਸਤੇ ਇਸਤੇਮਾਲ ਕੀਤਾ ਜਾਏ। ਲੋਕੀ ਅੱਜ ਕੱਲ੍ਹ ਨਾਨ ਮੰਗਵਾ ਲੈਂਦੇ ਨੇ, ਕਈ ਚੀਜ਼ਾਂ ਜਿਹੜੀਆਂ ਨੇ ਪ੍ਰੋਬਲਮ ਕਰਦੇ ਨੇ ਕਿਉਂਕਿ ਇਹ ਡਾਈਜੈਸ਼ਨ ਨੂੰ ਖਰਾਬ ਕਰਦੇ ਨੇ। ਇਹਦੀ ਥਾਂ ਤੇ ਗੇਹੂੰ
ਬੇਸਟੀ ਮੈਦੇ ਦੇ ਉੱਪਰ ਉਹ ਮੈਦੇ ਦਾ ਹੀ ਹੈ ਹਾਂਜੀ ਮੈਦਾ ਬੇਸ ਹੈ ਦੁਨੀਆ ਵੀ ਚੀਜ਼ਾਂ ਕਹਿ ਲਓ ਤੁਸੀਂ ਬੇਕਰੀ ਸਾਈਡ ਤਕਰੀਬਨ ਕੋਸ਼ਿਸ਼ ਇਹੀ ਕਰਨੀ ਚਾਹੀਦੀ ਹੈ ਕਿ ਮੈਦੇ ਦਾ ਪ੍ਰਯੋਗ ਘੱਟ ਤੋਂ ਘੱਟ ਕੀਤਾ ਜਾਵੇ ਡਾਕਟਰ ਸਾਹਿਬ ਜਿਹੜੀ ਇਹ ਡਿਟੇਲ ਦੇ ਵਿੱਚ ਆਪਾਂ ਦੇਖਾਂਗੇ ਕਿ ਇਨਕੰਪੈਟੀਬਲ ਡਾਇਟਸ ਦਾ ਇੱਕ ਪ੍ਰੋਪਰ ਤੁਸੀਂ ਬਣਾ ਸਕੋ ਲਿਸਟ ਕੋਈ ਇਸ ਤਰ੍ਹਾਂ ਦੀ ਉਹਨਾਂ ਦੇ ਫਾਰਮੂਲਾ ਉਸ ਤੋਂ ਅੱਗੇ ਕਿ ਕੁਝ ਡਾਇਟਸ ਆਪਾਂ ਗਿਣਾ ਸਕੀਏ ਤਾਂ ਕਿ ਸਾਰੇ ਜਿਹੜੇ ਆਪਣੇ ਦੋਸਤ ਨੇ ਉਹ ਯਾਦ ਰੱਖ ਸਕਣ ਔਰ ਇੱਕ ਸੰਸਕਾਰਿਤ ਡਾਇਟਸ ਜਿਹੜੀਆਂ ਹੈਗੀਆਂ ਉਹ ਵੀ ਆਪਾਂ ਡਿਟੇਲ ਵਿੱਚ ਡਿਸਕਸ ਕਰਨਾ ਚਾਹਾਂਗੇ ਕਿ ਕਿਹੜੀ ਡਾਇਟ ਨੂੰ ਕਿਸ ਤਰ੍ਹਾਂ ਅਸੀਂ ਉਹਨੂੰ ਸੰਸਕਾਰਿਤ ਕਰਨਾ ਇਹ ਅਸੀਂ ਵੱਖਰਾ ਇੱਕ ਟੋਪਿਕ ਅਲੱਗ ਤੋਂ ਲੈ ਕੇ ਗੱਲ ਕਰਾਂਗੇ ਕਿਉਂਕਿ ਅੱਜ ਟਾਈਮ ਬੜਾ ਲੰਬਾ ਹੋ ਜਾਣਾ ਤੇ ਆਪਾਂ ਅੱਗੋਂ ਡਿਸਕਸ ਕਰ ਲਈਏ ਫਟਾਫਟ ਕਿ ਕਿਹੜੀਆਂ ਚੀਜ਼ਾਂ ਹੋਰ ਨੇ ਜਿਹੜੀਆਂ ਅਸੀਂ ਆਹਾਰ ਨੂੰ ਲੈਂਦੇ ਹੋਏ ਹੁਣ ਦੇਖੋ ਇੱਕ ਚੀਜ਼ ਹੈ ਕਿ ਇੱਕ ਤੇ ਦੱਸਿਆ ਸੀਗਾ ਨਾ ਕਿ ਮਾਤਰਾ ਉਹਦੇ ਵਿੱਚ ਇੱਕ ਚੀਜ਼ ਸੀਗੀ ਜਿਵੇਂ ਰਹਿ ਗਈ ਸੀਗੀ ਜਿੱਦਾਂ ਅਤੀ ਮਾਤਰਾ ਦੇ ਵਿੱਚ ਆਪਾਂ ਭੋਜਨ ਕਰ ਲੈਂਦੇ ਹਾਂ ਜੇ ਆਪਾਂ ਖਾਣੇ ਨਾਲੋਂ ਵੱਧ ਖਾ ਲੈਣਾ ਪੇਟ ਦੇ ਵਿੱਚ ਭਾਰਾਪਨ ਮਹਿਸੂਸ ਹੋਏਗਾ ਹੁਣ ਇਹ ਜਿਹੜਾ ਖਾਣਾ ਵੱਧ ਖਾ ਲੈਣਾ ਇਹ ਪ੍ਰੋਬਲਮ ਕ੍ਰੀਏਟ ਕਰਦਾ ਜਿੱਦਾਂ ਤੁਸੀਂ ਦੇਖੋਗੇ ਪੇਟ ਦੇ ਵਿੱਚ ਦਰਦ ਹੋ ਜਾਊਗੀ ਸਰੀਰ ਦੇ ਵਿੱਚ ਜਿਹੜਾ ਦਰਦ ਮਹਿਸੂਸ ਕਰੇਗਾ ਜ਼ੁਬਾਨ ਸੁੱਕਣੀ ਸ਼ੁਰੂ ਹੋ ਜਾਏਗੀ ਮੂੰਹ ਸੁੱਕਣਾ ਸ਼ੁਰੂ ਹੋ ਜਾਏਗਾ ਕਈ ਵਾਰੀ ਪੇਸ਼ੈਂਟ ਨੂੰ ਥੋੜਾ ਚੱਕਰ ਚੱਕਰ ਜਿਹਾ ਮਹਿਸੂਸ ਹੋਏਗਾ ਪਿੱਠ ਦੇ ਵਿੱਚ ਦਰਦ ਕਮਰ ਦੇ ਵਿੱਚ ਦਰਦ ਸਰੀਰ ਦੇ ਵਿੱਚ ਜਿਹੜੀਆਂ ਅਕੜਨ ਆਉਣੀ ਸ਼ੁਰੂ ਹੋ ਜਾਏਗੀ ਹੁਣ ਜੇ ਸੋਚੀਏ ਕਿ ਜੇ ਮੈਂ ਖਾਣਾ ਖਾ ਲਿਆ ਤੇ ਨਾਲ ਹੀ ਇਹ ਸਾਰੀਆਂ ਚੀਜ਼ਾਂ ਸ਼ੁਰੂ ਹੋ ਜਾਣਗੀਆਂ ਤੇ ਤੁਸੀਂ ਸੋਚੋਗੇ ਕਿ ਇਹ ਸਾਰੀਆਂ ਚੀਜ਼ਾਂ ਇਕੱਠੇ ਉਸੇ ਟਾਈਮ ਨਹੀਂ ਸ਼ੁਰੂ ਹੋਣਗੀਆਂ ਤੇ ਹੌਲੀ ਹੌਲੀ ਪ੍ਰੋਸੈਸ ਜਿਹੜੀ ਹੈ ਅੰਦਰ ਪੈਥੋਲੋਜੀ ਕ੍ਰੀਏਟ ਹੋ ਰਹੀ ਹੈ ਆਉਣ ਵਾਲੇ 4-5-6 ਸਾਲਾਂ ਬਾਅਦ ਜਾਂ 8 ਸਾਲਾਂ ਬਾਅਦ ਤੁਹਾਨੂੰ ਇਹ ਪ੍ਰੋਬਲਮਸ ਆਉਣੀਆਂ ਸ਼ੁਰੂ ਹੋ ਜਾਣਗੀਆਂ ਠੀਕ ਹੈ ਹੁਣ ਇਹ ਜਿਹੜੀਆਂ ਚੀਜ਼ਾਂ ਨੇ ਇਹ ਵੀ ਵਾਰ ਪਿੱਤਾ ਦੇ ਅਕੋਰਡਿੰਗ ਡਿਫਰੈਂਟ ਹੋ ਜਾਂਦੀਆਂ ਨੇ ਕਈ ਵਾਰੀ ਤੁਸੀਂ ਦੇਖੋਗੇ ਕਿ ਜੇ ਪਿੱਤ ਦੇ ਅਕੋਰਡਿੰਗ ਆਪਾਂ ਸੋਚੀਏ ਕਿ ਜੇ ਪਿੱਤ ਡਾਇਟ ਆਪਾਂ ਜ਼ਿਆਦਾ ਲੈ ਲਈਏ ਤੇ ਇਹਦੇ ਨਾਲ ਤੁਹਾਨੂੰ ਫੀਵਰ ਹੋ ਸਕਦਾ ਹੈ ਲੂਜ਼ ਮੋਸ਼ਨਸ ਹੋ ਸਕਦੀਆਂ ਨੇ ਪਿਆਸ ਬਹੁਤ ਜ਼ਿਆਦਾ ਲੱਗੂਗੀ ਚੱਕਰ ਆਉਣੇ ਸ਼ੁਰੂ ਹੋ ਜਾਣਗੇ ਜੇ ਆਪਾਂ ਕਫ਼ ਦੀ ਚੀਜ਼ਾਂ ਲੈ ਲੈਂਦੇ ਹਾਂ ਬਹੁਤ ਜ਼ਿਆਦਾ ਤਾਂ ਤੁਸੀਂ ਦੇਖਦੇ ਹੋ ਕਿ ਕਈ ਵਾਰੀ ਤੇ ਪੇਸ਼ੈਂਟ ਨੂੰ ਨਾਲੇ ਉਲਟੀ ਆ ਜਾਂਦੀ ਹੈ ਕਿਉਂਕਿ ਤੁਸੀਂ ਦੇਖੋ ਰਬੜੀ ਜਾਂ ਏਦਾਂ ਦੀ ਗੰਨੇ ਦਾ ਰਸ ਤੁਸੀਂ ਜ਼ਿਆਦਾ ਲੈ ਲਿਆ ਦਿਲ ਕਰੂਗਾ ਯਾਰ ਉਲਟੀ ਕਰ ਲਈ ਉਹ ਜ਼ਿਆਦਾ ਬੈਟਰ ਹੈ ਇਹ ਕਫ਼ ਚੀਜ਼ ਲੈਣ ਤੋਂ ਬਾਅਦ ਖਾਣੇ ਦੇ ਵਿੱਚ ਮਨ ਨਹੀਂ ਕਰੂਗਾ ਠੰਡ ਲੱਗਣੀ ਸ਼ੁਰੂ ਹੋ ਜਾਂਦੀ ਕਈ ਵਾਰੀ ਕੁਝ ਪੇਸ਼ੈਂਟ ਨੂੰ ਸਰੀਰ ਦੇ ਵਿੱਚ ਏਦਾਂ ਲੱਗਦਾ ਭਾਰਾਪਨ ਹੈ ਕਮਜ਼ੋਰੀ ਮਹਿਸੂਸ ਕਰੇਗਾ ਇਹ ਸਾਰੀਆਂ ਚੀਜ਼ਾਂ ਜੇ ਤੁਸੀਂ ਖਾਣੇ ਨੂੰ ਜ਼ਰੂਰਤ ਨਾਲੋਂ ਵੱਧ ਲਓਗੇ ਤੇ ਹੁੰਦੀਆਂ ਨੇ ਹੁਣ ਤੁਸੀਂ ਇਹ ਦੇਖੋ ਕਿ ਜਿੰਨੇ ਵੀ ਪੇਸ਼ੈਂਟ ਸਾਡੇ ਕੋਲ ਜੋੜਾਂ ਦੇ ਦਰਦਾਂ ਦੇ ਆਉਂਦੇ ਨੇ ਜਾਂ ਬਾਡੀ ਐਚਸ ਦੇ ਆਉਂਦੇ ਨੇ ਉਹਨਾਂ ਨੂੰ ਕਿਸੇ ਨਾ ਕਿਤੇ ਪੁੱਛੋ ਖਾਣਾ ਤੇ ਸਭ ਕੁਝ ਹੀ ਖਾ ਲਈਦਾ ਜੀ ਜੋ ਮਿਲਦਾ ਖਾ ਲਈਦਾ ਹੁਣ ਤੁਹਾਨੂੰ ਪ੍ਰੋਬਲਮ ਵੀ ਹੈ ਫਿਰ ਵੀ ਤੁਸੀਂ ਆਪਣੀ ਡਾਇਟ ਦੇ ਉੱਤੇ ਕੰਟਰੋਲ ਨਹੀਂ ਕੀਤਾ ਤੁਸੀਂ ਖਾਣੇ ਨੂੰ ਆਪਣਾ ਆਲਟਰ ਨਹੀਂ ਕੀਤਾ ਤੇ ਪ੍ਰੋਬਲਮ ਤੇ ਉੱਥੇ ਹੀ ਹੈ ਨਾ ਤੁਸੀਂ ਸੋਰਸ ਨੂੰ ਬੰਦ ਨਹੀਂ ਕੀਤਾ ਤੇ ਤੁਸੀਂ ਸੋਚ ਰਹੇ ਹੋ ਕਿ ਪੇਨ ਖਤਮ ਹੋ ਜਾਣ ਉਹ ਨਹੀਂ ਹੋ ਸਕਦਾ ਸੋਰਸ ਨੂੰ ਤੁਸੀਂ ਟ੍ਰੀਟ ਕਰੋਗੇ ਤਾਂ ਹੀ ਉਹ ਪੇਨ ਜਿਹੜੀਆਂ ਨੇ ਆਪਣੇ ਆਪ ਆਟੋਮੈਟਿਕਲੀ ਘਟਣੀਆਂ ਸ਼ੁਰੂ ਹੋਣਗੀਆਂ ਔਰ ਮੋਸਟਲੀ ਜਿਹੜੀਆਂ ਡਿਜ਼ੀਜ਼ ਸ਼ੁਰੂ ਹੀ ਡਾਈਜੈਸ਼ਨ ਤੋਂ ਹੁੰਦੀਆਂ ਇਹਨੂੰ ਕਿ ਇਗਨੋਰ ਕਰ ਦਿੱਤਾ ਜਾਂਦਾ ਜਿਹੜੇ ਕਨਸੈਪਟ ਨੂੰ ਬਿਲਕੁਲ ਆਯੁਰਵੇਦ ਕਹਿੰਦਾ ਕਿ ਰੋਗਾ ਸਰਵੇ ਅਪੀ ਮੰਦਾਗਨੀ ਇਹਦਾ ਮਤਲਬ ਇਹ ਹੈ ਕਿ ਸਾਰੇ ਰੋਗੋ ਦਾ ਕਾਰਨ ਆਪਕੀ ਜੋ ਡਾਈਜੈਸ਼ਨ ਪਾਵਰ ਹੈ ਜਦ ਮੰਦ ਹੋ ਜਾਂਦੀ ਹੈ ਤਾਂ ਉਹੀ ਸਾਰੇ ਰੋਗ ਕਾਰਨ ਬਣਦੀ ਔਰ ਇਹ ਵੀ ਸਾਰਾ ਇਹਦੇ ਵਿੱਚ ਹੀ ਆਉਂਦਾ ਕਿ ਸਾਨੂੰ ਜਲਦੀ ਜਲਦੀ ਵੀ ਇੱਕਦਮ ਨਹੀਂ ਖਾਣਾ ਚਾਹੀਦਾ ਜਿਸ ਤਰ੍ਹਾਂ ਅਸੀਂ ਭੱਜ ਜਾਂਦੇ ਹਾਂ ਖੜੇ ਖੜੇ ਖਾ ਲੈਂਦੇ ਹਾਂ ਜੇ ਆਪਾਂ ਬਹੁਤ ਛੇਤੀ ਖਾਂਦੇ ਹਾਂ ਨਾ ਮੈਂ ਦੇਖਦਾ ਕਿ ਮੈਂ ਖੁਦ ਕੋਸ਼ਿਸ਼ ਕਰਦਾ ਕਿ ਜੇ ਵਿਆਹ ਸ਼ਾਦੀਆਂ ਦੇ ਵਿੱਚ ਗਏ ਹਾਂ ਤੇ ਸਾਨੂੰ ਬੈਠਣ ਦੀ ਜਗ੍ਹਾ ਮਿਲ ਜਾਏ ਤਾਂ ਜ਼ਰੂਰ ਬੈਠ ਕੇ ਖਾਣਾ ਖਾਣਾ ਚਾਹੀਦਾ ਜੇ ਆਪਾਂ ਚੌਂਕੜੀ ਨਹੀਂ ਮਾਰ ਸਕਦੇ ਐਟਲੀਸਟ ਕੁਰਸੀ ਤੇ ਬੈਠ ਜਾਈਏ ਕਿਉਂਕਿ ਜਦੋਂ ਆਪਾਂ ਚੌਂਕੜੀ ਮਾਰ ਕੇ ਖਾਂਦੇ ਹਾਂ ਤਾਂ ਡਾਈਜੈਸ਼ਨ ਜ਼ਿਆਦਾ ਬੈਟਰ ਹੁੰਦੀ ਹੈ ਜੇ ਆਪਾਂ ਖੜੇ ਰਹਿ ਕੇ ਖਾਵਾਂਗੇ ਤਾਂ ਐਨਰਜੀ ਜਿਹੜੀ ਹੈ ਲਿਬਰੇਟ ਹੋ ਰਹੀ ਹੈ ਬਾਹਰਲੀ ਸਾਈਡ ਤੇ ਇਹ ਵੀ ਜਿਹੜਾ ਪੁਰਾਣਾ ਇੱਕ ਬਣਿਆ ਸੀ ਸਿਸਟਮ ਕਿ ਚੌਂਕੜੀ ਮਾਰ ਕੇ ਖਾਣਾ ਤੇ ਉਹ ਕਿੰਨਾ ਵਧੀਆ ਬਣਿਆ ਸੀ ਪਰ ਅੱਜ ਵੀ ਜੇ ਅਸੀਂ ਉਸ ਚੀਜ਼ ਨੂੰ ਫੋਲੋ ਕਰ ਸਕਦੇ ਹਾਂ ਤੇ ਬਹੁਤ ਵਧੀਆ ਔਰ ਸਭ ਕਿੰਨੀ ਵਧੀਆ ਚੀਜ਼ ਹੈ ਕਿ ਜਪਾਨ ਵਰਗੀ ਕੰਟਰੀਜ਼ ਦੇ ਵਿੱਚ ਹਾਲੇ ਵੀ ਉਹ ਵਜਰਾਸਨ ਦੇ ਵਿੱਚ ਖਾਂਦੇ ਆ ਬਿਲਕੁਲ ਕਿਉਂਕਿ ਉੱਥੇ ਕੀ ਹੈ ਕਿ ਇਹ ਪੁਰਾਣੇ ਜਿਹੜੇ ਕਨਸੈਪਟਸ ਨੇ ਨਾ ਇਹ ਸਮਝ ਨਹੀਂ ਆਉਂਦੇ ਲੋਕੀ ਕਹਿੰਦੇ ਐਵੇਂ ਫਜ਼ੂਲ ਨੇ ਬਟ ਇਹਨਾਂ ਦੇ ਪਿੱਛੇ ਜੋ ਸਾਇੰਟੀਫਿਕ ਲੌਜਿਕਸ ਨੇ ਉਹ ਸਾਨੂੰ ਸਮਝਣੇ ਚਾਹੀਦੇ ਨੇ ਜੀ ਇਸ ਕਰਕੇ ਜਲਦੀ ਜਲਦੀ ਵੀ ਖਾਣਾ ਨਹੀਂ ਸਾਨੂੰ ਖਾਣਾ ਚਾਹੀਦਾ ਜਲਦੀ ਜਲਦੀ ਖਾਣ ਦੇ ਨਾਲ ਕਈ ਵਾਰ ਕੀ ਹੁੰਦਾ ਉੱਥੋਂ ਲੱਗ ਜਾਂਦਾ ਠੀਕ ਹੈ ਔਰ ਜਿੰਨੀ ਡਾਈਜੈਸ਼ਨ ਹੋਣੀ ਚਾਹੀਦੀ ਹੈ ਪ੍ਰੋਪਰਲੀ ਹੁੰਦੀ ਆਪਾਂ ਅੱਧਾ ਖਾਣਾ ਚਬਾਇਆ ਅੱਧਾ ਨਹੀਂ ਚਬਾਇਆ ਉਹ ਇੱਕਦਮ ਸੁੱਟ ਦਿੱਤਾ ਅੰਦਰ ਉਹ ਅੰਦਰ ਸੁੱਟਣ ਦੇ ਨਾਲ ਕੀ ਹੈ ਅੱਧਾ ਡਾਈਜੈਸਟਡ ਅੱਧਾ ਇਨਡਾਈਜੈਸਟਡ ਉਹਦੇ ਨਾਲ ਫਿਰ ਗੈਸ ਬਣਨੀ ਸ਼ੁਰੂ ਹੋ ਜਾਏਗੀ ਫਿਰ ਪ੍ਰੋਬਲਮ ਆਉਣੀਆਂ ਸ਼ੁਰੂ ਹੋਣਗੀਆਂ ਜੇ ਆਪਾਂ ਜ਼ਿਆਦਾ ਦੇਰ ਲਾ ਕੇ ਖਾਣਾ ਖਾਵਾਂਗੇ ਤਾਂ ਵੀ ਇਹ ਹੋਊਗਾ ਕਿ ਖਾਣਾ ਆਪਾਂ ਬਹੁਤ ਸਲੋ ਖਾ ਰਹੇ ਹਾਂ ਬਹੁਤ ਹੌਲੀ ਖਾ ਰਹੇ ਹਾਂ ਉਹ ਖਾਣਾ ਠੰਡਾ ਹੋ ਜਾਂਦਾ ਠੰਡਾ ਹੋਣ ਦੇ ਨਾਲ ਕੀ ਹੈ ਕਿ ਫਿਰ ਪ੍ਰੋਬਲਮ ਆਏਗੀ ਦੂਸਰਾ ਆਪਾਂ ਜਦੋਂ ਖਾਣਾ ਖਾ ਰਹੇ ਹਾਂ ਬਹੁਤ ਹੌਲੀ ਖਾ ਰਹੇ ਹਾਂ ਉਹਦੇ ਨਾਲ ਕੀ ਆਪਾਂ ਵੱਧ ਵੀ ਖਾ ਜਾਵਾਂਗੇ ਵੱਧ ਖਾ ਜਾਵਾਂਗੇ ਤਾਂ ਵੀ ਡਾਈਜੈਸ਼ਨ ਦੇ ਵਿੱਚ ਪ੍ਰੋਬਲਮ ਆਏਗੀ ਇਸ ਕਰਕੇ ਨਾ ਤੇ ਬੜੀ ਛੇਤੀ ਖਾਣਾ ਖਾਣਾ ਚਾਹੀਦਾ ਤੇ ਨਾ ਹੀ ਬਹੁਤ ਹੌਲੀ ਖਾਣਾ ਖਾਣਾ ਚਾਹੀਦਾ ਜੀ ਮਨ ਲਗਾ ਕੇ ਮਤਲਬ ਖਾਣਾ ਚਾਹੀਦਾ ਆਪਣੀ ਆਤਮ ਸ਼ਕਤੀ ਦੇ ਮੁਤਾਬਿਕ ਖਾਣਾ ਚਾਹੀਦਾ ਜਿੰਨੀ ਸਾਨੂੰ ਜ਼ਰੂਰਤ ਹੈ ਔਰ ਜਿਹੜੇ ਅੱਜ ਕੱਲ੍ਹ ਕਨਸੈਪਟਸ ਬਣੇ ਹੈ ਕਿ ਸ਼ੈਫ ਤੁਸੀਂ ਵਧੀਆ ਹੋ ਤਾਂ ਹੋ ਜਿੰਨਾ ਮਰਜ਼ੀ ਸਵਾਦ ਹੋਵੇ ਮਤਲਬ ਉਹਦੇ ਲੁੱਕਸ ਵੀ ਉਹਨੇ ਅੱਛੇ ਹੋਣ ਤੁਹਾਡਾ ਸਰਵ ਕਰਨ ਦਾ ਤਰੀਕਾ ਵਧੀਆ ਹੋਵੇ ਬਿਕੋਜ਼ ਉਹ ਜਿਹੜਾ ਅਸੀਂ ਵਿਜੂਅਲਾਈਜ਼ ਕਰਦੇ ਹਾਂ ਉਹ ਕਿਤੇ ਨਾ ਕਿਤੇ
ਬਿਲਕੁਲ ਸਾਡੀਆਂ ਜਿਹੜੀਆਂ ਪੰਜੋ ਗਿਆਨ ਇੰਦਰੀਆਂ ਨੇ ਉਹ ਆਪਣੇ ਆਪਣੇ ਵਿਸ਼ੇ ਨੂੰ ਇੱਕ ਗ੍ਰਹਿਣ ਕਰਨ ਦੀ ਕੋਸ਼ਿਸ਼ ਕਰਦੀਆਂ ਉਹਨਾਂ ਦੀ ਭੁੱਖ ਹੈਗੀ ਜਿੱਦਾਂ ਹੁਣ ਤੁਸੀਂ ਕੰਨਾਂ ਦੀ ਗੱਲ ਕਰ ਲਓ ਜੇ ਤੁਸੀਂ ਚੰਗੀ ਚੀਜ਼ ਸੁਣੋਗੇ ਨਾ ਤੁਹਾਡਾ ਦਿਲ ਕਰੇਗਾ ਹੋਰ ਸੁਣੋ ਇਹ ਉਸ ਕੰਨ ਦੀ ਭੁੱਖ ਹੈਗੀ ਜਿਵੇਂ ਕਿ ਹੁਣ ਸਾਨੂੰ ਦੋਸਤ ਦੱਸਣਗੇ ਕਿ ਜੇ ਅੱਜ ਚੰਗੀ ਚੀਜ਼ ਲੱਗੀ ਹੈ ਤੇ ਅਸੀਂ ਇਸਨੂੰ ਅੱਗੇ ਕੰਟੀਨਿਊ ਕਰੀਏ ਕਿ ਨਹੀਂ ਬਿਕੋਜ਼ ਅੱਜ ਕਾਫੀ ਲੰਬਾ ਹੋ ਗਿਆ ਔਰ ਮੇਰੇ ਝਿੜਕਣ ਦਾ ਸਮਾਨ ਤਿਆਰ ਹੋ ਗਿਆ ਬਹੁਤ ਵਾਸਤੇ ਸਬਜੈਕਟ ਹੈ ਜਿੰਨਾ ਮਰਜ਼ੀ ਮੇਰੇ ਖਿਆਲ ਅਸੀਂ ਇਸਨੂੰ ਵਿਲੰਬ ਦੇ ਦਈਏ ਤੇ ਡਾਕਟਰ ਜਿੰਨੀਆਂ ਕੁ ਚੀਜ਼ਾਂ ਛੁੱਟ ਗਈਆਂ ਨੇ ਮੈਂ ਜ਼ਰੂਰ ਚਾਹਾਂਗੀ ਕਿ ਇਸਨੂੰ ਆਪਾਂ ਅੱਗੇ ਕੰਟੀਨਿਊ ਕਰੀਏ ਤੇ ਉਹਦੇ ਲਈ ਦੋਸਤ ਵੀ ਦੱਸ ਸਕਦੇ ਆ ਕਿ ਉਹਨਾਂ ਨੂੰ ਅੱਜ ਦੀ ਸਾਰੀ ਗੱਲਬਾਤ ਚੰਗੀ ਲੱਗੀ ਜਾਂ ਨਹੀਂ ਲੱਗੀ ਚੰਗੀ ਲੱਗੀ ਤਾਂ ਵੀ ਦੱਸ ਸਕਦੇ ਆ ਨਹੀਂ ਲੱਗੀ ਤਾਂ ਵੀ ਦੱਸ ਸਕਦੇ ਆ ਹੋਰ ਕੀ ਚਾਹੁੰਦੇ ਆ ਕਿ ਆਪਾਂ ਕੀ ਐਡ ਕਰ ਸਕਦੇ ਆਉਣ ਵਾਲੇ ਟਾਈਮ ਦੇ ਵਿੱਚ ਉਹ ਵੀ ਦੱਸ ਸਕਦੇ ਆ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਇੰਨੇ ਕੀਮਤੀ ਵਕਤ ਵਿੱਚੋਂ ਟਾਈਮ ਕੱਢਿਆ ਤੇ ਆਪਣੀ ਜਿਹੜੀ ਨੌਲੇਜ ਹੈ ਸਾਡੇ ਨਾਲ ਸ਼ੇਅਰ ਕੀਤੀ ਦੋਸਤਾਂ ਨੂੰ ਇਹ ਕਹੂੰਗੀ ਕਿ ਸਹੀ ਖਾਓ ਸਹੀ ਜੀਵੋ ਚਿਰ ਜੀਵੋ ਤੇ ਸਟੇ ਹੈਲਦੀ ਸਟੇ ਹੈਪੀ ਸੀ ਯੂ ਨੈਕਸਟ ਟਾਈਮ ਇੱਥੇ ਆਵਾਜ਼ ਦੀਆਂ ਤਰੰਗਾਂ ਤੇ ਲਹਿਰਾਉਂਦੇ ਹੋਏ ਉਦੋਂ ਤੱਕ ਆਪਣਾ ਬਹੁਤ ਸਾਰਾ ਖਿਆਲ ਰੱਖਿਓ ਰੱਬ ਰੱਖਾ